ਹਾਂਜੀ ਸਸ਼ੀ ਕਾ ਜੀ ਮੈਂ ਅਵਿੰਦਰ ਸਿੰਘ ਸਵਾਤ ਕਰਦਾ ਹਾਂ ਸਭ ਜੀ ਤੁਹਾਡੇ ਆਪਣੇ ਪੀਪੀ ਕੇ ਚੈਨਲ ਉੱਤੇ ਜੇਕਰ ਤੁਹਾਨੂੰ ਸਾਡਾ ਕੀਤਾ ਹੈ ਉਪਰਾਲਾ ਵਧੀਆ ਲੱਗਦਾ ਤੁਸੀਂ ਸਾਨੂੰ ਡੋਨੇਟ ਵੀ ਕਰ ਸਕਦੇ ਹੋ ਸਾਡਾ ਡੋਨੇਸ਼ਨ ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਬਾਈ ਮੀਆ ਕੌਫੀ ਰਾਹੀਂ ਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਪੋਸਟੇਪੇ ਰਾਹੀਂ ਵੀ ਡੋਨੇਟ ਕਰ ਸਕਦੇ ਹੋ ਸੋ ਚਲੋ ਇਹ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਫ੍ਰੀ ਵੀਡੀਓ ਪਤੰਤੇ ਚੀ ਇਨ ਪੰਜਾਬੀ ਸੋ ਲਾਸਟ ਵੀਡੀਓ ਚ ਆਪਣੇ ਹੋ ਗਏ ਸੀ 245 ਪੇਜ ਤੇ ਅੱਜ ਸ਼ੁਰੂ ਕਰਾਂਗੇ 246 ਟੀਪੀ ਦੀ ਤਰਾਕਸਿਓਨ ਤਰਾਕਸਿਓਨ ਕੀ ਹੁੰਦਾ ਤਰਾਕਸਿਓਨ ਹੁੰਦਾ ਇੱਕ ਗੱਡੀ ਦਾ ਖਿਚਣਾ ਮਤਲਬ ਗੱਡੀ ਕਿਹੜੇ ਟਾਇਰ ਤੋਂ ਖਿੱਚਦੀ ਪਈ ਆ ਅੱਗੂ ਖਿੱਚਦੀ ਪਈ ਆ ਮਤਲਬ ਅੱਗੇ ਵਾਲਾ ਟਾਇਰ ਜ਼ੋਰ ਮਾਰਦੇ ਪਏ ਨੇ ਜਾਂ ਪਿੱਛੇ ਵਾਲਾ ਟਾਇਰ ਜ਼ੋਰ ਮਾਰਦੇ ਪਏ ਨੇ ਜਾਂ ਦੋਨੋਂ ਹੀ ਜ਼ੋਰ ਮਾਰਦੇ ਪਏ ਨੇ ਇਹਨਾਂ ਬਾਰੇ ਆਪਾਂ ਵੇਖਣਾ ਸੋ ਜਿਹੜੀ ਨਾਰਮਲ ਗੱਡੀ ਹੁੰਦੀ ਹੈ ਉਹ ਤੁਹਾਨੂੰ ਪਤਾ ਹੀ ਸਾਰਨ ਵੀ ਅੱਗੇ ਟਾਇਰ ਹੀ ਜ਼ੋਰ ਮਾਰਦੇ ਨੇ ਪਰ ਕਈ ਸਪੋਰਟੀ ਟਾਈਪ ਦੀਆਂ ਗੱਡੀਆਂ ਵੀ ਹੋ ਜਾਂਦੀਆਂ ਨੇ ਸਪੋਰਟ ਗੱਡੀਆਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਪਿੱਛੇ ਵਾਲਾ ਟਾਇਰ ਤੋਂ ਜ਼ੋਰ ਮਾਰਦੀਆਂ ਨੇ ਠੀਕ ਹੈ ਤੇ ਕਈ ਗੱਡੀਆਂ ਜਿਹੜੀ 4x4 ਹੁੰਦੀਆਂ ਨੇ ਸੋ ਵੇਖ ਲਈ ਨਾ ਪਹਿਲੇ ਸਵਾਲ ਨੂੰ ਕੀ ਕਹਿੰਦਾ ਸੇਲ ਵਹੀਕੋ ਲੋ ਐ ਆ ਤਰਾ significa che tutte le ruote sono motrici. Jecker ek gaddi vich traccione integrate ala te oda matlab hai ke oh gaddi de sare tairan te motriche aa matlab ke sare tair zor mar deya 4 by 4 aa gaddi traccione integrate ala theek hai vero traccione anteriore significa che sono motrici le sole ruote di uno o più assi anteriori kenda jecker traccione anteriore hove agle wale tair zor mar de hon ਤਕਿੰਦਾ ਉਹਦਾ ਮਤਲਬ ਹੁੰਦਾ ਹੈ ਕਿ ਮੋਤਰੀ ਚ ਜਿਹੜਾ ਮੋਟਰ ਹੈ ਉਹ ਜ਼ੋਰ ਮਾਰਦੀ ਹੈ ਸਿਰਫ ਅਗਲੇ ਵਾਲੇ ਐਕਸਲ ਤੇ ਅਗਲੇ ਵਾਲੇ ਇੱਕ ਹੀ ਆ ਇੱਕ ਤੋਂ ਵੱਧ ਐਕਸਲ ਤੇ ਉਨੋ ਉਹ ਪਿਊ ਆਸੀ ਠੀਕ ਹੈ ਜੀ ਵੇਰੋ ਸੇਮ ਪੋਸਟਰੀਓਰੇ ਦੀ ਗੱਲ ਆ ਬਸ ਇੱਥੇ ਕਿ ਲਿਖਤਾ ਵੀ ਪਿੱਛੇ ਵਾਲੇ ਟਾਇਰ ਜ਼ੋਰ ਮਾਰਦੇ ਆ ਇੱਕ ਹੀ ਆ ਇੱਕ ਤੋਂ ਜ਼ਿਆਦਾ ਪਿੱਛੇ ਵਾਲੇ ਟਾਇਰ ਜ਼ੋਰ ਮਾਰਦੇ ਆ ਠੀਕ ਹੈ ਜੀ ਦੋਨੋਂ ਹੀ ਵੇਰੋ ਹੋ ਜਾਣਗੇ ਜਿੱਥੇ ਅੰਤਰੀਓਰੇ ਆ ਗਿਆ ਉੱਥੇ ਅੰਤਰੀਓਰੇ ਵਾਲਾ ਵੇਰੋ ਹੋਏਗਾ ਜਿੱਥੇ ਪੋਸਟਰੀਓਰੇ ਉੱਥੇ ਪੋਸਟਰੀਓਰੇ ਇੰਟੀਗ੍ਰਾਲ ਹੈ ਵਿਚਾਰੇ ਟਾਇਰ ਜ਼ੋਰ ਮਾਰਦੇ ਨੇ ਠੀਕ ਹੈ ਜੀ ਸੋ ਵੇਰੋ in genere i veicoli pesanti sono a trazione anteriore in genere aam taur te gaddiyan jehdi bhari hundiyan ne onna de agle tyre zor mar deya bhari gaddiyan di gal hoyi hai itthe theek hai dhyan rakho normal gaddiyan di gal nahi hoyi normal gaddi apni jehdi auto witure hunde ne so bhari gaddiyan kenda onna de aam taur te agle tyre zor mar deya so falso idda aam taur te nahi hunda ingegnere nahi hunda theek hai ji so falso i veicoli dotati di cambio automatico sono in genere a trazione integrale ਜਿਹੜੀ ਗੱਡੀਆਂ ਵਿੱਚ ਕੰਬਿਓ ਆਟੋਮੈਟਿਕੋ ਹੁੰਦਾ ਹੈ ਆਟੋਮੈਟਿਕੋ ਕੰਬਿਓ ਕਿਹੜਾ ਹੁੰਦਾ ਹੈ ਜਿਹੜੀ ਗੱਡੀਆਂ ਵਿੱਚ ਆਟੋਮੈਟਿਕ ਗੀਅਰ ਹੁੰਦੇ ਆ ਆਪਣੇ ਆਪ ਗੀਅਰ ਪੈਂਦੇ ਜਿਹੜੇ ਪਾਣੀ ਲੋਡ ਨਹੀਂ ਪੈਂਦੀ ਉਹ ਆਮ ਤੌਰ ਤੇ ਕਹਿੰਦਾ ਹਨ ਵਿੱਚ ਤਰਾਤੀਓ ਨੇ ਇੰਟੀਗ੍ਰਾਲੇ ਹੁੰਦਾ ਵੀ ਉਹ 4/4 ਹੁੰਦੀਆਂ ਸੋ ਫਾਲਸੋ ਆਮ ਤੌਰ ਤੇ ਉਹ ਨਹੀਂ ਹੁੰਦੀਆਂ ਠੀਕ ਹੈ ਇੰਜਨਰੇ ਹੈ ਇਸ ਕਰਕੇ ਫਾਲਸੋ ਹੁੰਦੇ ਕਿਉਂਕਿ ਇਦਾਂ ਹਰ ਪਾਸੇ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਗੱਡੀਆਂ ਆਟੋਮੈਟਿਕ ਹੁੰਦੇ ਵਿੱਚ ਇੰਟੀਗ੍ਰਾਲੇ ਹੋਵੇ ਠੀਕ ਹੈ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ইਵੇ ਕੋਲੀਆ ਤਰਾਤੀਓ ਨੇ ਪੋਸਟੇਰੀਓਰੇ ਦੇਵਨੋ ਫ ਅਵਰੇ ਮੋਟਰੇ ਅੰਟੇਰੀਓਰੇ ਕਹਿੰਦਾ ਜਿਹੜੀ ਗੱਡੀਆਂ ਦੇ ਤਰਾਸੀਓ ਨੇ ਪੋਸਟਰੀਓਰ ਹੁੰਦਾ ਪਿਛੇ ਵਾਲਾ ਟਾਇਰ ਜ਼ੋਰ ਮਾਰਦੇ ਨੇ ਉਹਨਾਂ ਦੇ ਕਹਿੰਦਾ ਮੋਟਰ ਜਿਹੜੀ ਹੋਏਗੀ ਉਹ ਅਗਲੇ ਵਾਲੇ ਹਿੱਸੇ 'ਚ ਹੀ ਹੋਏਗੀ ਸੋ ਫਾਲਸੋ ਐਸਾ ਜ਼ਰੂਰੀ ਨਹੀਂ ਹੈਗਾ ਵੀ ਜੇਕਰ ਪਿਛੇ ਵਾਲੇ ਟਾਇਰ ਜ਼ੋਰ ਮਾਰਦੇ ਬੈਣ ਤਾਂ ਇੰਜਨ ਵੀ ਆਪਾਂ ਨੂੰ ਅਗਲੇ ਪਾਸੇ ਮਿਲੇਗਾ ਇੰਜਨ ਪਿਛੇ ਵਾਲੇ ਪਾਸੇ ਵੀ ਮਿਲ ਸਕਦਾ ਸੋ ਫਾਲਸੋ 246 ਕੰਪਲੀਟ ਬੱਧੇ ਅੰਗੇ 247 ਨੰਬਰ ਪੇਜ ਔਰਗਾਨੀ ਦੀ ట్రాਨਸਮਿਸ਼ਿਓਨੇ ట్రాਨਸਮਿਸ਼ਨ ਦੇ ਜਿਹੜੇ ਆਪਣੇ ਪੁਰਜ਼ੇ ਹੁੰਦੇ ਆ ਉਹਨਾਂ ਬਾਰੇ ਆਪਾਂ ਵੇਖਾਂਗੇ ਇਸ ਆਪਣੇ ਚੈਪਟਰ ਵਿੱਚ ਇਸ ਆਪਣੇ ਪ ਸੋ ਕਿਹੜੇ ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਗੌਰ ਕਰ ਲਈਏ ਇਸ ਫੋਟੋ ਤੇ ਸੋ ਜੇ ਇਸ ਫੋਟੋ ਚ ਵੇਖੋ ਇਹ ਆਪਣਾ ਆਲਬਿਰੋ ਦੀ ట్రాన్స్‌ਮਿਸ਼ਨ ਹੈ ਮਤਲਬ ਕਿ ਮੋਟਰ ਵਿੱਚੋਂ ਆਏਗੀ ਆਪਣੀ ਜਿਹੜੀ ਹੋਏਗੀ ਘੁੰਮਣ ਵਾਲੀ ਸ਼ਕਤੀ ਮਤਲਬ ਜਿਹੜਾ ਆਪਾਂ ਘੁੰਮਨੇ ਪਿਆ ਮੋਟਰ ਨਾਲ ਜਿਹੜਾ ਘੁੰਮਨੇ ਪਿਆ ਆਪਾਂ ਨੂੰ ਟਾਇਰਾਂ ਤੇ ਟਰਾਂਸਫਰ ਕਰਨਾ ਹੈ ਇਹਨੂੰ ਕਹਿੰਦੇ ਆਲਬਿਰੋ ਦੀ ట్రాన్స్‌ਮਿਸ਼ਨ ਜਿਹੜਾ ਟਰਾਂਸਫਰ ਕਰਦੀ ਹੈ ਆਪਣੇ ਮੋਟਰ ਤੋਂ ਜਿਹੜਾ ਘੁੰਮਣਾ ਸ਼ੁਰੂ ਹੋਇਆ ਹੁੰਦਾ ਉਹ ਟਾਇਰਾਂ ਤੱਕ ਪਹੁੰਚਾਉਂਦੀ ਹੈ ਘੁੰਮਣ ਨੂੰ ਠੀਕ ਹੈ ਜੀ ਸੋ ਇਹ ਦੇਖੋ ਇੱਥੇ ਘੁੰਮਣ ਦੇ ਨੇ ਆਪਣੇ ਟਾਇਰ ਇੱਥੇ ਇਸ ਮੋਟਰ ਤੋਂ ਆਪਣਾ ਘੁੰਮਣਾ ਸ਼ੁਰੂ ਹੋ ਕੇ ਸਿੱਧਾ ਟਾਇਰਾਂ ਤੇ ਪਹੁੰਚਦਾ ਪਿਆ ਕਿਦਾਂ ਨਾ ਪਹੁੰਚਦਾ ਪਿਆ ਕੋਨਿਕਾ ਆਪਣਾ ਕਾਪੀਆ ਕੋਨਿਕਾ ਨਾਲ ਠੀਕ ਹੈ ਜੀ ਇਹਦੇ ਸਹਾਰੇ ਆਪਣਾ ਜਿਹੜਾ ਟਾਇਰ ਘੁੰਮਣਾ ਸ਼ੁਰੂ ਹੋ ਗਿਆ ਇੱਥੇ ਆਪਣਾ ਡਿਫਰੈਂਸ਼ੀਅਲ ਹੈ ਸੇਮੀਐਸੀ ਜਿਹੜਾ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀ ਮੈਂ ਠੀਕ ਹੈ ਜੀ ਇੱਕ ਹੋਰ ਫੋਟੋ ਵੇਖ ਲੈਣੇ ਆ ਇਹ ਆਪਣੀ ਆਲਬਿਰੋਦੀ ਟਰਾਂਸਮਿਸ਼ਨ ਹੈ ਜਿਹੜੀ ਤੁਹਾਨੂੰ ਦਿਖਾਇਆ ਸੀ ਦੇਖੋ ਇੱਥੋਂ ਆਪਣੀ ਮੋਟਰ ਨਾਲ ਅਟੈਚ ਹੋਇਆ ਇੱਥੇ ਆਪਣੇ ਟਾਇਰਾਂ ਨਾਲ ਅਟੈਚ ਹੋਇਆ ਉੱਥੋਂ ਦੀ ਘੁੰਮਣਾ ਸ਼ੁਰੂ ਹੋਇਆ ਇਹ ਟਰਾਂਸਫਰ ਕਰਦੀ ਪਈ ਹੈ ਟਰਾਂਸਮਿਸ਼ਨ ਨੇ ਕਰਦੀ ਪਈ ਆ ਜਿਹ ਤੇ ਉਸ ਤੋਂ ਬਾਅਦ ਇੱਥੇ ਆ ਲੰਮਾ ਵੀ ਹੋ ਸਕਦਾ ਆਪਣੇ ਕਾਰਿਕੋ ਦੇ ਹਿਸਾਬ ਨਾਲ ਠੀਕ ਹੈ ਜੀ ਸੋ ਵਧਦੇ ਆ ਪਹਿਲੇ ਸਵਾਲ ਤੇ ਕੀ ਕਹਿੰਦਾ ਲੀ ਆਰਗਾਨੀ ਟ੍ਰਾਂਸਮਿਸਿਓਨ ਦੇਲ ਮੋਟੋ ਸਰਵਨੋ ਆ ਟ੍ਰਾਂਸਮੇਟਰੇ ਇਲ ਮੋਟੋ ਦੀ ਰੋਟਾਸਿਓਨੇ ਦੇਲ ਮੋਟੋਰੇ ਆਲੇ ਰੂਓਤੇ ਮੋਟਰੀਚੀ ਆਰਗਾਨੀ ਟ੍ਰਾਂਸਮਿਸਿਓਨ ਜਿਹੜੇ ਹੁੰਦੇ ਨੇ ਦੇਲ ਮੋਟੋ ਘੁੰਮਣ ਵਾਲੇ ਚਾਹੀਦੇ ਹੁੰਦੇ ਨੇ ਟ੍ਰਾਂਸਫਰ ਕਰਨ ਲਈ ਟ੍ਰਾਂਸਮੇਟਰੇ ਮਤਲਬ ਕਿ ਪਹੁੰਚਾਉਣ ਲਈ ਜਿਹੜਾ ਘੁੰਮਣਾ ਹੈ ਇਲ ਮੋਟੋ ਦੀ ਰੋਟਾਸਿਓਨੇ ਜਿਹੜਾ ਘੁੰਮਣਾ ਹੁੰਦਾ ਹੈ ਜਿਹੜਾ ਇੰਜਨ ਦਾ ਘੁੰਮਣਾ ਹੁੰਦਾ ਉਹਨੂੰ ਟ੍ਰਾਂਸਫਰ ਕਰਦਾ ਹੈ ਕਿੱਥੇ ਤੱਕ ਪਹੁੰਚਾਂਦਾ ਹੈ ਆਪਣੇ ਰੋ ਤੇ ਮੋਤਰੀ ਚ ਜਿਹੜੇ ਟਾਇਰ ਜ਼ੋਰ ਮਾਰਦੇ ਨੇ ਉਹਨਾਂ ਟਾਇਰਾਂ ਤੱਕ ਫੋਰਸ ਨੂੰ ਪਹੁੰਚਾਂਦਾ ਹੈ ਜਿਹੜਾ ਇੰਜਨ ਵੱਲੋਂ ਘੁੰਮਣਾ ਸ਼ੁਰੂ ਹੋਇਆ ਹੁੰਦਾ ਹੈ ਉਹ ਟਾਇਰਾਂ ਤੱਕ ਪਹੁੰਚਦਾ ਹੈ ਇਹਦੇ ਸਹਾਰੇ ਠੀਕ ਹੈ ਔਰ ਗਾਨੀ ਦੀ ਟਰਾਂਸਮਿਸ਼ਨ ਦੇ ਸਹਾਰੇ ਪਰ fanno parte degli organi di trasmissione del moto la frizione il cambio il differenziale e la coppia conica ਕਹਿੰਦਾ ਹਿੱਸਾ ਹੁੰਦਾ ਹੈ ਔਰਗਾਨੀ ਦੀ ਟਰਾਂਸਮਿਸ਼ਨ ਨੇ ਦਾ ਕਲਚ ਗੇਅਰ ਡਿਫਰੈਂਸ਼ੀਅਲ ਤੇ ਕਪੀਆ ਕੋਣੀ ਦਾ ਡਿਫਰੈਂਸ਼ੀਅਲ ਤੇ ਕਪੀਆ ਕੋਣੀ ਕਾ ਜਿਹੜਾ ਤੁਹਾਨੂੰ ਦਿਖਾ ਕੇ ਟਿਆਂ ਕੰਬਿਓ ਗੀਅਰ ਤੇ ਫ੍ਰੀਸਿਓ ਨੇ ਜਿਹੜਾ ਆਪਣਾ ਕਲਚ ਹੁੰਦਾ ਸੋ ਅਗਲਾ ਇਹ ਕਹਿੰਦਾ ਲਾਲ ਬੈਰੋਦੀ ਟ੍ਰਾਂਸਮਿਸ਼ਨੇ ਨੋਨ ਐ ਪ੍ਰੈਜ਼ੈਂਤੇ ਸੇ ਤ੍ਰੈਜ਼ਿਓਨੇ ਐ ਮੋਟੋਰੇ ਸੋਨੋ ਪੋਸਟੇਰੀਓਰੀ ਕਹਿੰਦਾ ਲਾਲ ਬੈਰੋਦੀ ਟ੍ਰਾਂਸਮਿਸ਼ਨੇ ਨਹੀਂ ਮੌਜੂਦ ਹੋਏਗਾ ਜੇਕਰ ਤ੍ਰੈਜ਼ਿਓਨੇ ਮਤਲਬ ਕਿ ਕਿਹੜੇ ਟਾਇਰ ਜ਼ੋਰ ਮਾਰਦੇ ਆ ਉਹ ਤੇ ਮੋਟਰ ਦੋਨੋਂ ਪਿਛਲੇ ਹਿੱਸੇ 'ਚ ਹੋਣ ਜੇਕਰ ਮੋਟਰ ਹੀ ਆਪਣੀ ਪਿੱਛੇ ਹੋਏਗੀ ਤੇ ਆਲਵਰੋ டிரਾਂਸਮਿਸ਼ਨ ਨੇ ਨਹੀਂ ਚਾਹੀਦਾ ਜੇਕਰ ਮੋਟਰ ਆਪਣੀ ਅਗਲੇ ਹਿੱਸੇ 'ਚ ਹੋਏਗੀ ਪਰ ਟਾਇਰ ਪਿੱਛਲੇਲੇ ਜ਼ੋਰ ਮਾਰਨਗੇ ਫਿਰ ਆਪਣੇ ਆਲਵਰੋ டிரਾਂਸਮਿਸ਼ਨ ਨੇ ਹੋਏਗਾ ਸਮਝਣ ਦੀ ਕੋਸ਼ਿਸ਼ ਕਰਦੇ ਆ ਫੋਟੋ ਰਾਹੀਂ ਜੇਕਰ ਸਮਝ ਨਹੀਂ ਲੱਗਾ ਤੇ ਸੋ ਜੀ ਦੇਖੋ ਇੱਥੇ ਆਪਣੀ ਮੋਟਰ ਆ ਇਹ ਟਾਇਰ ਨੇ ਜਿਹੜੇ ਪਿੱਛਲੇ ਵਾਲੇ ਟਾਇਰ ਨੇ ਜਿਹੜੇ ਜ਼ੋਰ ਮਾਰਦੇ ਪੈਣ ਜੇਕਰ ਇੱਥੇ ਇਹ ਮੋਟਰ ਇੱਥੇ ਹੋਣ ਦੀ ਬਜਾਏ ਮੋਟਰ ਇੱਥੇ ਹੀ ਲੱਗੀ ਹੋਵੇ ਫਿਰ ਐਸ ਆਲਵਰੋ ਦੀ ਲੋੜ ਪੈਣੀ ਹੀ ਨਹੀਂ ਠੀਕ ਹੈ ਜੀ ਸੋ ਉਹ ਹੀ ਇਸ ਵਾਰ ਤੁਹਾਨੂੰ ਦੱਸਦਾ ਪਿਆ ਵੀ ਆਲਬਰੋ ਦੀ ਟ੍ਰਾਂਸਮਿਸ਼ਨ ਨਹੀਂ ਹੋਏਗਾ ਜੇਕਰ ਆਪਣੇ ਮੋਟਰ ਤੇ ਤਰਾਤੀਓ ਨੇ ਪਿਛਲੇ ਹਿੱਸੇ ਜਨੇ ਠੀਕ ਹੈ ਜੀ ਵੇਰ ਹੋ ਗਿਆ ਸੋ ਇਹ ਵੇਕੂਲੀ ਪੇਜ਼ਾਂਤੀ ਲਾਲ ਬੇਰੋ ਦੀ ਟ੍ਰਾਂਸਮਿਸ਼ਨ ਨੇ ਐ ਜਨਰਲਮੈਂਟੇ ਰੀਅਲਾਈਜ਼ਾਤੋ ਇਨ ਪਿਊ ਟ੍ਰੰਕੋਨੀ ਕੋਲੇਗਾਤੀ ਦਾ ਜੁੰਤੀ ਹੁਣ ਇਸ ਵਾਰ ਤੁਹਾਨੂੰ ਕਹਿੰਦਾ ਪਿਆ ਭਾਰੀ ਗੱਡੀਆਂ ਉੱਤੇ ਜਿਹੜਾ ਆਲਬਰੋ ਦੀ ਟ੍ਰਾਂਸਮਿਸ਼ਨ ਨੇ ਹੁੰਦਾ ਹੈ ਉਹ ਆਮ ਤੌਰ ਤੇ ਬਣਿਆ ਹੁੰਦਾ ਹੈ ਇਨਪਿਊਤ ਰੋਂਕੋਨੀ ਕੋਲੇਗਾਤੀ ਦਾ ਜੁੰਤੀ ਮਤਲਬ ਕਿ ਜਿਆਦਾ ਜੋੜਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ ਵੇਖਿਆ ਸੀ ਆਪਾਂ ਅਲਬਰੇਤੋ ਟ੍ਰਾਂਸਮਿਸ਼ਿਓਨ ਨੇ ਕਿਵੇਂ ਛੋਟੇ ਛੋਟੇ ਟੋਟੇ ਚ ਲੱਗੇ ਹੋਏ ਸੀ ਵੀ ਉਤੋਂ ਜਿਵੇਂ ਚੱਲਦਾ ਸੀ ਤੁਹਾਨੂੰ ਅੱਗੇ ਜਾ ਕੇ ਘੁੰਮਣਾ ਫਿਰਨਾ ਪੈਂਦਾ ਉਸ ਤਰੀਕੇ ਨਾਲ ਉਹਨੂੰ ਉਹਦੇ ਚ ਜੋੜ ਲੱਗੇ ਹੁੰਦੇ ਸੀ ਠੀਕ ਹੈ ਜੀ ਸੋ ਅਈ ਦੱਸਦਾ ਆਪਾਂ ਵੀ ਉਹਨਾਂ ਨੂੰ ਜੋੜਾਂ ਨਾਲ ਜੋੜ ਕੇ ਰੱਖਿਆ ਗਿਆ ਹੁੰਦਾ ਠੀਕ ਹੈ ਕੋਲੇਗਾਤੀ ਦਾ ਜੁੰਤੀ ਵੇਰੋ ਲਾਲਬਰੇਤੋ ਟ੍ਰਾਂਸਮਿਸ਼ਿਓਨ ਨੋਨ ਐ ਪ੍ਰੇਜ਼ੈਂਤੇ ਸੇ ਲਾ ਤਰਾਕਸਿਓਨੇ ਐ ਪੋਸਟੀਰੀਓਰੇ ਐ ਦਿਲ ਮੋਟ ਆਲਬਰੋ ਟ੍ਰਾਂਸਮਿਸਿਓਨੇ ਨਹੀਂ ਹੁੰਦੀ ਜੇਕਰ ਤਰਾਸਿਓਨੇ ਪੋਸਟੀਰੀਓਰ ਹੈ ਮਤਲਬ ਕਿ ਜਿਹੜਾ ਖਿੱਚਣਾ ਹੁੰਦਾ ਜਿਹੜਾ ਟੈਰਾ ਨੇ ਜ਼ੋਰ ਮਾਰਨਾ ਹੁੰਦਾ ਉਹ ਪਿਛਲੇ ਹਿੱਸੇ 'ਚ ਤੇ ਮੋਟਰ ਲੱਗੀ ਹੋਈ ਆ ਅਗਲੇ ਹਿੱਸੇ 'ਚ ਸੋ ਫਾਲਸੋ ਕਿਉਂ ਕਿਉਂਕਿ ਜੇਕਰ ਮੋਟਰ ਆਪਣੀ ਅਗਲੇ ਵਾਲੇ ਹਿੱਸੇ ਹੋਏਗੀ ਤਾਂ ਟੈਰਾ ਨੇ ਪਿੱਛੇ ਵਾਲੇ ਨੂੰ ਜ਼ੋਰ ਮਾਰਨਾ ਹੋਏਗਾ ਤੇ ਆਪਣਾ ਜਿਹੜਾ ਆਲਬਰੋ ਟ੍ਰਾਂਸਮਿਸਿਓਨੇ ਆ ਉਹ ਹੋਏਗੀ ਇੱਥੇ ਲਿਖਿਆ ਨੋਨ ਹੈ ਪ੍ਰੈਜ਼ੈਂਟ ਤੇ ਜਦ ਕਿ ਉਹ ਮੌਜੂਦ ਹੋਏਗੀ ਸੋ ਫਾਲਸੋ ਲੀ ਆਰਗਾਨੀ ਟ੍ਰਾਂਸਮਿਸਿਓਨੇ ਦਲ ਮੋਟੋ ਸਰਵਨੋ ਅਤੇ ਨੇਰੇ ਇਨਫੋਰਮਾਤਾ ਲਾਜ਼ੈਂਡਾ ਸੁਲਾ ਪੋਜੀਜ਼ਿਓਨੇ ਦਲ ਵਹੀਕਲੋ ਕਿੰਦਾ ਔਰਗਾਨੀ ਟ੍ਰਾਂਸਮਿਸ਼ਨੇ ਜਿਹੜੇ ਹੁੰਦੇ ਨੇ ਉਹ ਚਾਹੀਦੇ ਹੁੰਦੇ ਨੇ ਤਾਂ ਜੋ ਇਨਫੋਰਮ ਕੀਤਾ ਜਾ ਸਕੇ ਦੱਸਿਆ ਜਾ ਸਕੇ ਅਜੇਂਦਾ ਨੂੰ ਮਤਲਬ ਜਿਹੜੀ ਆਪਣੀ ਏਜੰਸੀ ਆ ਉਹਨੂੰ ਦੱਸਿਆ ਜਾ ਸਕੇ ਗੱਡੀ ਦੀ ਪੋਜੀਸ਼ਨ ਬਾਰੇ ਸੋ ਫਾਲਸ ਹੋ ਗਿਆ ਸਾਡੇ ਕੁਝ ਕਰਦਾ ਹੀ ਨਹੀਂ ਹੈਗਾ ਅਗਲਾ ਫਾਪਾਰਤੇ ਦੇ ਲਈ ਔਰਗਾਨੀ ਟ੍ਰਾਂਸਮਿਸ਼ਨੇ ਦਲ ਮੋਟੋ ਇਲ ਸਿਸਟੇਮਾ ਸੈਟੇਲਿਟਾਰੇ ਜੀਪੀਐਸ ਕਿੰਦਾ ਔਰਗਾਨੀ ਟ੍ਰਾਂਸਮਿਸ਼ਨੇ ਇੱਕ ਹਿੱਸਾ ਹੈ ਇੱਕ ਐਸੀ ਸਿਸਟਮ ਦਾ ਜਿਹੜਾ ਜੀਪੀਐਸ ਨਾਲ ਕਨੈਕਟਡ ਹੁੰਦਾ ਹੈ ਫਾਲਸੋ ਜੀਪੀਐਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਮੋਟਰ ਦਾ ਹਿੱਸਾ ਹੈ ਸੋ ਜੀਪੀਐਸ ਦਾ ਕੋਈ ਲੈਣਾ ਦੇਣਾ ਨਹੀਂ ਜੀਪੀਐਸ ਗਲੋਬਲ ਪੋਜੀਸ਼ਨਿੰਗ ਸਿਸਟਮ ਆਪਣਾ ਜਿਹਦੇ ਨਾਲ ਆਪਣੀ ਪੋਜੀਸ਼ਨ ਦਾ ਪਤਾ ਲੱਗਦਾ ਸੇਮ ਉੱਤੇ ਵਾਲੇ ਸਵਾਲ ਨੂੰ ਤੋੜ ਕੇ ਥੋੜਾ ਜਿਹਾ ਲਿਖਿਆ ਗਿਆ ਠੀਕ ਹੈ ਜੀ ਦੋਨੋਂ ਵੀ ਫਾਲਸੋ ਨੇ ਦੋਨੋਂ ਸੂਰਤ ਵਿੱਚ ਹੀ ਫਾਲਸ ਹੋਣਗੇ ਫਨੋ ਪਰਤੇ ਦੇ ਲਈ ਔਰਗਾਨੀ ਦੀ ਟਰਾਂਸਮਿਸ਼ਨੇ ਦਾ ਮੋਟੋ ਲੇ ਬਾਲਲੇਸਟਰੇ ਇਲ ਵੋਲਾਂਤੇ ਐ ਇਲ ਲਿਮਿਟਾਟੋਰੇ ਦੀ ਵੈਲੋਚਿਤਾ ਕਹਿੰਦਾ ਔਰਗਾਨੀ ਟਰਾਂਸਮਿਸ਼ਨੇ ਦੇ ਕਿਹੜੇ ਕਿਹੜੇ ਹਿੱਸੇ ਨੇ ਦੱਸਦਾ ਪਿਆ ਬਾਲਲੇਸਟਰੇ ਫਾਲਸ ਜਦ ਕਿ ਆਪਣਾ ਕੀਆ ਫ੍ਰਿਸਿਓ ਨੇ ਕambio ਡਿਫਰੈਂzialੇ ਤੇ ਕੋਪੀਆ ਕੋਨਿਕਾ ਸੋ ਫਾਲਸੋ ਇੰਦਾਵੀ ਅਗਲਾ ਲਿਓਰਗਾਨੀ ਟਰਾਂਸਮਿਸ਼ਨੇ ਦਲ ਮੋਟੋ ਨੋਂਨ ਸੋਨੋ ਨੇਚੇਸਾਰੀ ਅਬੋਰਡੋ ਦੇਈ ਵੇਈਕੁਲੀ ਇਲੈਟ੍ਰੀਚੀ ਕੈਂਦਾ ਔਰਗਾਨੀ ਟਰਾਂਸਮਿਸ਼ਨੇ ਨਹੀਂ ਚਾਹੀਦੇ ਹੁੰਦੇ ਉਹਨਾਂ ਦੀ ਲੋੜ ਨਹੀਂ ਹੈਗੀ ਅਬੋਰਡੋ ਦੇਈ ਵੇਈਕੁਲੀ ਇਲੈਟ੍ਰੀਚੀ ਇਲੈਕਟ੍ਰਿਕ ਗੱਡੀਆਂ ਵਿੱਚ ਕਹਿੰਦਾ ਔਰਗਾਨੀ ਟਰਾਂਸਮਿਸ਼ਨੇ ਦੀ ਲੋੜ ਨਹੀਂ ਹੈਗੀ ਸੋ ਫਾਲਸੋ ਉਹਨਾਂ ਨੂੰ ਵੀ ਤੇ ਜ਼ੋਰ ਮਾਰਨਾ ਹੈ ਕਿਸੇ ਨਾ ਕਿਸੇ ਟਾਇਰ ਨੂੰ ਜੇਕਰ ਡਿਪੈਂਡ ਕਰੇਗਾ ਮੋਟਰ ਕਿਹੜੇ ਬਾਦੇ ਹਿੱਸੇ ਚ ਸੋਸ ਤਰੀਕੇ ਨਾਲ ਆਪਣਾ ਇਹ ਵੀ ਹਿੱਸਾ ਗੱਡੀ ਵਿੱਚ ਹੋਏਗਾ 247 ਆਪਣਾ ਇਹ ਦਰਾਂ ਕੰਪਲੀਟ ਬੱਧੇ ਅੱਗੇ ਭਾਗ ਦੂਸਰਾ ਔਰ ਗਾਨੀ ਟ੍ਰਾਂਸਮਿਸ਼ਨ ਨੇ ਦਾ ਸੋ ਜੀ ਬੱਧੇ ਪਹਿਲੇ ਸਵਾਲ ਤੇ ਇਨ ਉਨ ਵੇਕੋਲੋ ਮੁਨੀਟੋ ਦੀ ਟ੍ਰਾਂਸਮਿਸ਼ਨੇ ਇੰਟੀਗਰਾਲੇ ਪਰਮਾਨੈਂਤੇ ਐ ਨੇਸਸਾਰੀਓ ਲਾ ਪ੍ਰੇਜ਼ੈਂਸਾ ਦੀ ਤ੍ਰੇ ਡਿਫਰੈਂਜ਼ੀਆਲੀ ਕਹਿੰਦਾ ਗੱਡੀ ਜੀ ਦੇ ਵਿੱਚ ਟ੍ਰਾਂਸਮਿਸ਼ਨੇ ਇੰਟੀਗਰਾਲੇ ਹੋਵੇ ਮਤਲਬ 4/4 ਹੋਵੇ ਅੱਗੇ ਵਾਲੇ ਟੈਲੀਜੋਰ ਮਾਰਦੇ ਨੇ ਪਿੱਛੇ ਵਾਲੇ ਜੋਰ ਮਾਰਦੇ ਪਏ ਨੇ ਪਰਮਾਨੈਂਤੇ ਐ ਨੇਚਸਾਰੀਆ ਲੋੜੇ ਲਾ ਪ੍ਰੇਜ਼ੈਂਸਾ Ten differentiale, il ticket su ten o ten differentiale del gangue, ovvero va bene su te. La frizione è un dispositivo che consente all'albero motore di girare senza trasmettere il movimento agli organi di trasmissione. Frizione con Dapna Clatch è che questo dispositivo gira esasen da albero motore in un albero motore come da riga, bina come bina in un trasferchette senza trasmettere, ma talvolta bina trasferchette, bina poncia è, movimento non gira come una è, un ਅਲੀ ਆਰਗਾਨਿਕ ਦੀ ਟ੍ਰਾਂਸਮਿਸ਼ਨ ਹੈ ਆਰਗਾਨਿਕ ਟ੍ਰਾਂਸਮਿਸ਼ਨ ਹੈ ਤੇ ਜਿਹੜਾ ਆਪਣਾ ਘੁੰਮਣਾ ਉਹ ਨਹੀਂ ਟ੍ਰਾਂਸਫਰ ਹੋਏਗਾ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਵੇਂ ਤੁਸੀਂ ਕਲੱਚ ਦਬੋਗੇ ਤੁਹਾਡੀ ਗੱਡੀ ਫ੍ਰੀ ਹੋ ਜਾਂਦੀ ਆ ਸੋ ਐਸੀ ਕਰਕੇ ਹੁੰਦੀ ਹੈ ਕਿਉਂਕਿ ਜਿਹੜਾ ਰੋਟੇਸ਼ਨ ਹੁੰਦਾ ਹੈ ਆਪਣੀ ਆਲਬਰੋ ਮੋਟੋਰੇ ਦਾ ਉਹਨੂੰ ਅੱਗੇ ਟ੍ਰਾਂਸਫਰ ਕਰਨਾ ਬੰਦ ਕਰ ਦਿੱਤਾ ਜਾਂਦਾ ਹੈ ਕਲੱਚ ਵੱਲੋਂ ਠੀਕ ਹੈ ਜੀ ਸੋ ਐਵੇਰੋ ਲੀ ਆਰਗਾਨਿਕ ਦਾ ਟ੍ਰਾਂਸਮਿਸ਼ਨ ਹੈ ਦਲ ਮੋਟੋ ਪ੍ਰੈਜ਼ੈਂਟੀ ਨੈਲੀ ਆਟੋ ਵੇਹੀਕਲ ਇਸ ਸੋਨੋ ਇਲ ਇਨਸੀਮੇ ਦਿ ਆਰਗਾਨਿਕ ਕੇ ਹਨੋ ਲੋ ਸਕੋਪੋ ਦੀ ਟ੍ਰਾਂਸਫਰੀਰੇ ਲਾ ਪੋਟੈਂਸਾ ਜਨਰੇਟਾ ਦਲ ਮੋਟੋਰੇ ਅਲੇ ਰੂਟੇ ਔਰਗਾਨਿਕ ట్రాన్స్‌ਮਿਸ਼ਨ ਮੌਜੂਦ ਹੁੰਦੇ ਨੇ ਇੱਕ ਗੱਡੀ ਵਿੱਚ ਸੋਨੋਲਿੰਸੀਐਮ ਦੀ ਔਰਗਾਨੀ ਉਹ ਉਹ ਉਹਨਾਂ ਹਿੱਸਿਆਂ ਨਾਲ ਹੁੰਦੇ ਨੇ ਕਿਯਾਨੋਸਕੋਪੋ ਜਿਨ੍ਹਾਂ ਦਾ ਮਕਸਦ ਹੁੰਦਾ ਹੈ ਟ੍ਰਾਂਸਫਰ ਕਰਨ ਦਾ ਪਹੁੰਚਾਣ ਦਾ ਪੋਟੈਂਸਾ ਜਨਰੇਟਾ ਜਿਹੜੀ ਪਾਵਰ ਜਨਰੇਟ ਕੀਤੀ ਗਈ ਜਿਹੜੀ ਪਾਵਰ ਬਣਾਈ ਗਈ ਆ ਮੋਟਰ ਵੱਲੋਂ ਟਾਇਰਾਂ ਤੱਕ ਠੀਕ ਹੈ ਜੀ ਔਰਗਾਨਿਕ ట్రాన్స్‌ਮਿਸ਼ਨ ਇਹ ਕਰਦੇ ਕੀ ਨੇ ਇੱਕ ਪਾਸਿਓਂ ਲੈ ਕੇ ਰੋਟੇਸ਼ਨ ਨੂੰ ਟਾਇਰਾਂ ਤੱਕ ਪਹੁੰਚਾਇਆ ਜਾਂਦਾ ਸੋ ਇਥੇ ਦੱਸਦਾ ਪਿਆ ਵੀ ਔਰਗਾਨਿਕ ట్రాన్స్‌ਮਿਸ਼ਨ ਜਿਹੜੇ ਹੁੰਦੇ ਨੇ ਉਹ ਜਿਹੜੀ ਗੱਡੀ ਵਿੱਚ ਲੱਗੇ ਹੁੰਦੇ ਨੇ ਉਹ ਨਾਲ ਲੱਗੇ ਹੁੰਦੇ ਨੇ ਉਹਨਾਂ ਦੇ ਨਾਲ ਜੇ ਲੱਗੇ ਹੁੰਦੇ ਜਿਹਨਾਂ ਦਾ ਮਕਸਦ ਹੁੰਦਾ ਹੈ ਟ੍ਰਾਂਸਫਰ ਕਰਨ ਦਾ ਪੁੰਤ ਇਨਸਾਜ ਦੀ ਪਾਵਰ ਜਨਰੇਟ ਕੀਤੀ ਗਈ ਹੈ ਗੱਡੀ ਵੱਲੋਂ ਟਾਇਰਾਂ ਤੱਕ ਠੀਕ ਹੈ ਜੀ ਸੋ ਵੀਰੋ ਇਲ ਕਾਂਬਿਓ ਵਰੀਆਂండో ਇਲ ਨੂਮੇਰੋ ਦੀ ਜਿਰੀ ਟਰ ਲ'ਅਲਬੇਰੋ ਮੋਟੋਰੇ ਐ ਅਲਬੇਰੋ ਦੀ ਟ੍ਰਾਂਸਮਿਸ਼ਨੇ ਕੋਂਸੈਂਤੇ ਦੀ ਉਟਿਲਿਜ਼ਾਰੇ ਸੈਂਪਰੇ ਇਲ ਮੋਟੋਰੇ ਐਡ ਊਨ ਰੇਜੀਮੇ ਦੀ ਰੋਟਾਸੀਓਨੇ ਵਿਚੀਨੋ ਅ ਕਵੈਲੋ ਦੀ ਪੋਟੇਨਜ਼ਾ ਮਾਸਿਮਾ ਕਾਂਬਿਓ ਗੇਅਰ ਵਰੀਆਂండో ਬਦਲਦੇ ਹੋਏ ਨੂਮੇਰੋ ਨੰਬਰ ਦੀ ਜਿਰੀ ਘੁੰਮਣ ਦੇ ਗੇੜਿਆਂ ਦੇ ਆਲਬਰ ਮੋਟੋਰੇ ਤੇ ਆਲਬਰ ਟ੍ਰਾਂਸਮਿਸ਼ਨ ਹੈ ਵੀ ਟ੍ਰਾਂਸਮਿਸ਼ਨ ਤੇ ਆਲਬਰ ਮੋਟੋਰੇ ਦੋਨਾਂ ਦੇ ਜੇਕਰ ਗੇੜੇ ਬਦਲ ਜਾਣਗੇ ਕੌਨਸੈਂਟ ਦੇ ਉਤਲੀ ਜਾਰੇ ਉਹ ਇਜਾਜ਼ਤ ਦਿੰਦੇ ਨੇ ਵਰਤਨ ਦੀ ਹਮੇਸ਼ਾ ਮੋਟਰ ਨੂੰ ਉਹ ਰਜੀਮੇ ਦੀ ਰੋਟੇਸ਼ਨ ਦੇ ਵਿੱਚ ਹੀ ਨੋ ਅਕਵਲਾ ਦੀ ਪੋਟੈਂਸਾ ਮਾਸੀਵਾ ਜਿਹੜੀ ਮੈਕਸਿਮਮ ਪਾਵਰ ਹੁੰਦੀ ਹੈ ਉਹਦੇ ਨੇੜੇ ਤੇੜੇ ਆਪਣੀ ਮੋਟਰ ਨੂੰ ਵਰਤਨ ਦੀ ਇਜਾਜ਼ਤ ਦਿੰਦੇ ਨੇ ਇੱਥੇ ਗੇਰਾਂ ਦੀ ਗੱਲ ਕਰਦਾ ਪਿਆ ਸੋ ਫਾਲਸੋ ਐਸਾ ਕੁਝ ਨਹੀਂ ਹੈਗਾ ਉਹ ਦੇ ਅਗਲੇ ਸਵਾਲ ਤੇ ਇਲ ਕੰਬਿਓ ਦੇ ਵੇਹੀਕੂਲ ਇਲੈਕਟ੍ਰੀਚੀ ਆ ਇੰਜੀਨੀਅਰ ਪਿਓ ਰਾਪੋਰਟੀ ਦੀ ਕੁਐਲੋ ਮੋਂਟਾਟੋ ਸੂਈ ਵੇਹੀਕੂਲੀ ਕੋਨ ਮੋਟੋਰੇ ਅਸਕੋਪੀਓ ਇਲੈਕਟ੍ਰਿਕ ਗੱਡੀਆਂ ਦੇ ਗੀਅਰ ਆਮ ਤੌਰ ਤੇ ਇੰਜੀਨਰ ਲਿਖਦਾ ਇਹਨਾਂ ਨੇ ਆਮ ਤੌਰ ਤੇ ਪਿਊਰ ਰੈਪੋਰਟੀ ਦੀ quello montato sui veicoli con motore a scoppio ਜਿਹੜੀ ਮੋਟਰ ਐ ਸਕੋਪੀ ਵਾਲੀਆਂ ਗੱਡੀਆਂ ਹੁੰਦੀਆਂ ਨੇ ਆਪਣੀ ਪੈਟਰੋਲ ਵਾਲੀ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਮੁਕਾਬਲੇ ਕਹਿੰਦਾ ਜਿਹੜੀ ਇਲੈਕਟ੍ਰਿਕ ਗੱਡੀਆਂ ਹੁੰਦੀਆਂ ਨੇ ਉਹਨਾਂ ਵਿੱਚ ਜ਼ਿਆਦਾ ਗੀਅਰ ਹੁੰਦੇ ਆ ਸੋ ਫਾਲਸੋ ਇਥੇ ਨੇ ਲਿਖਦਾ ਆਮ ਤੌਰ ਤੇ ਇੰਜੀਨਰ ਆਮ ਤੌਰ ਤੇ ਸੋ ਫਾਲਸੋ ਇਹ ਦੱਸ ਕਰਕੇ ਕਿਉਂਕਿ ਆਮ ਤੌਰ ਤੇ ਨਹੀਂ ਇਹ ਡਿਪੈਂਡ ਕਰਦਾ ਵੀ ਕਿਸ ਤਰੀਕੇ ਦੀ ਗੱਡੀ ਆ ਠੀਕ ਹੈ ਜੀ ਸੋ ਫਾਲਸੋ la frizione è un dispositivo che permette di variare il rapporto tra il numero dei giri dall'albero motore ad il numero dei giri dall'albero di trasmissione kenda clutch ik ae saadi wise e the clutch di gal karda paya jehda izazat denda badlan di rapporto nu no, traai numero dei giri dall'albero motore albero motore de jinne ghede honge te jehde apne ghede honge albero di trasmissione ne inna de vich izazat denda permette karda ਬਿੱ ਤਾਂ ਜੋ ਜਿਹੜੇ ਗੇੜੇ ਨੇ ਉਹ ਬਦਲੇ ਜਾ ਸਕਣ ਸੋ ਫਾਲਸੋ ਕਲਚ ਦਾ ਕੰਮ ਕੀ ਹੁੰਦਾ ਆਪਣੇ ਦਾ ਉਹਨ ਦਾ ਕੰਮ ਹੁੰਦਾ ਹੈ ਫ੍ਰੀ ਕਰਨਾ ਆਲਬੇਰੋ ਦੀ ਟਰਾਂਸਮਿਸ਼ਨ ਨੇ ਤੇ ਆਲਬੇਰੋ ਮੋਟੋਰੇ ਇਹਨਾਂ ਦੋਨਾਂ ਨੂੰ ਅਲੱਗ ਕਰ ਦਿੰਦਾ ਇੱਕ ਤਰ੍ਹਾਂ ਦਾ ਵੀ ਜਿਹੜਾ ਰੋਟੇਸ਼ਨ ਇੱਕ ਪਾਸੇ ਬਣਿਆ ਹੈ ਆਲਬੇਰੋ ਮੋਟੋਰੇ ਤੋਂ ਬਣਿਆ ਹੈ ਉਹ ਆਲਬੇਰੋ ਟਰਾਂਸਮਿਸ਼ਨੇ ਤੱਕ ਨਾ ਜਾਵੇ ਤੇ ਇੱਥੇ ਕਹਿੰਦਾ ਪਿਆ ਵੀ ਦੋਨਾਂ ਦੇ ਗੇੜਿਆਂ ਦੇ ਨੰਬਰ ਹੀ ਬਦਲ ਦਿੱਤੇ ਜਾਣ ਸੋ ਫਾਲਸੋ ਐਸਾ ਕੁਝ ਨਹੀਂ ਹੋ ਸਕਦਾ ਫਾਲਸੋ 248 ਕੰਪਲੀਟ 249 ਨੰਬਰ ਪੇਜ ਭਾਗ ਤੀਸਰਾ ਇਹਦਾ ਸੋ ਜੀ ਵੱਧਿਆ ਪਹਿਲੇ ਸਵਾਲ ਤੇ 249 ਨੰ ਇਹ ਇੱਕ ਡਿਸਪੋਜੀਟਿਵ ਹੈ ਜੋ ਗੇਅਰਾਂ ਦੇ ਜੋੜ ਨੂੰ ਸੌਖਾ ਬਣਾਉਂਦਾ ਹੈ ਗੇਅਰਾਂ ਦੇ ਕੈਂਬੀਓ ਦੌਰਾਨ ਇੱਕ ਗੇਅਰ ਤੋਂ ਦੂਜੇ ਗੇਅਰ ਵਿੱਚ ਜਾਣ ਵੇਲੇ ਸਿੰਕ੍ਰੋਨਾਈਜ਼ਰ ਇੱਕ ਐਸਾ ਡਿਵਾਈਸ ਹੁੰਦਾ ਹੈ ਜਿਹੜਾ ਆਸਾਨੀ ਕਰਦਾ ਹੈ ਮਿਲਾਣਾ ਜੋੜ ਕਰਨਾ ਗੇਅਰਾਂ ਦਾ ਜਦੋਂ ਆਪਾਂ ਇੱਕ ਗੇਅਰ ਤੋਂ ਦੂਸਰੇ ਗੇਅਰ ਵਿੱਚ ਜਾਣੇ ਹੁੰਦੇ ਆ ਮਤਲਬ ਗੇਅਰ ਆਪਾਂ ਬਦਲਨੇ ਪਏ ਦੂਸਰੇ ਗੇਅਰ ਤੋਂ ਤੀਜੇ ਗੇਅਰ ਵਿੱਚ ਜਾਣੇ ਮੈਂ ਤੀਜੇ ਤੋਂ ਚੌਥੇ ਜਾਣੇ ਪਏ ਆ ਉਦੋਂ ਜਿਹੜਾ ਸਿੰਕ੍ਰੋਨਿਜ਼ਾ ਤੌਰੇ ਹੁੰਦਾ ਉਹ ਆਸਾਨੀ ਕਰਦਾ ਤਾਂ ਜਿਹੜੀ ਗਰਾਰੀਆਂ ਨੇ ਉਹਨਾਂ ਵਿੱਚ ਆਪਸੀ ਮੇਲ ਸਹੀ ਤਰੀਕੇ ਨਾਲ ਬਣਿਆ ਰਵੇ ਕੀ ਹੁੰਦਾ ਸਿੰਕ੍ਰੋਨਿਜ਼ਾ ਤੌਰੇ ਤੁਹਾਨੂੰ ਦਿਖਾ ਦੇਣਾ ਸੋ ਜੀ ਇਹ ਦੇਖੋ ਇਹ ਵਾਲੀ ਗਰਾਰੀਆਂ ਨੇ ਠੀਕ ਹੈ ਜੀ ਸੋ ਇਹ ਗਰਾਰੀ ਇਹ ਗਰਾਰੀ ਜਿਹੜੀ ਇਹ ਵਾਲੀ ਗਰਾਰੀ ਹੋਈ ਗਏ ਨੇ ਇਹਨੂੰ ਕਹਿੰਦੇ ਨੇ ਸਿੰਕ੍ਰੋਨਿਜ਼ਾ ਤੌਰੇ ਜਿਹੜਾ ਆਪਸ ਵਿੱਚ ਮੇਲ ਕਰਦਾ ਦੋਨੋਂ ਗਰਾਰੀਆਂ ਦਾ ਇਹ ਵਾਲੀ ਗਰਾਰੀ ਦਾ ਇਸ ਗਰਾਰੇ ਨਾਲ ਮੇਲ ਕਰਾਂਦਾ ਠੀਕ ਹੈ ਕੁਝ ਇਸ ਤਰੀਕੇ ਦਾ ਇਹ ਵਾਲੀ ਠੀਕ ਹੈ ਜੀ ਸੋ ਇੱਕ ਤਰ੍ਹਾਂ ਦਾ ਆਸਾਨੀ ਕਰਦਾ ਇਹਨਾਂ ਨੂੰ ਮੇਲ ਕਰਨ ਵਿੱਚ ਠੀਕ ਹੈ ਜੀ ਨਹੀਂ ਤੇ ਜੇਕਰ ਇਹ ਨਾ ਹੋਵੇ ਜਦੋਂ ਆਪਾਂ ਗੇਅਰ ਬਦਲਣਾ ਹੁੰਦਾ ਉਦੋਂ ਗੇਅਰ ਹਮੇਸ਼ਾ ਥੋੜੀ ਜਿਵੇਂ ਕਰਦੇ ਨੇ ਇੱਕ ਰਕ ਦੀ ਆਵਾਜ਼ ਆਉਂਦੀ ਕਈ ਵਾਰ ਆਪਾਂ ਬੈਕ ਗੇਅਰ ਪਾਉਣ ਲੱਗਦੇ ਗੱਡੀ ਦਾ ਥੋੜਾ ਕਰਕ ਕਰਕ ਜਿਹੀ ਦੀ ਆਵਾਜ਼ ਆ ਜਾਂਦੀ ਹੈ ਜੇਕਰ ਇਹ ਗਰਾਰੀ ਨਾ ਹੋਏਗੀ ਤੇ ਆਵਾਜ਼ ਆਪਾਂ ਜਦੋਂ ਅੱਗੇ ਵਾਲੇ ਗੇਅਰ ਪਾਣੇ ਪਿਆ ਉਦੋਂ ਵੀ ਇਹ ਗਰਾਰੀ ਜਿਹੜੀ ਆਵਾਜ਼ ਕਰੇਗੀ ਜੇਕਰ ਇਹ ਸਿੰਕਰੋਨਿਜ਼ਾ ਤੋਰੇ ਨਾ ਹੋਵੇ ਠੀਕ ਹੈ ਜੀ ਸੋ ਇਹ ਵੇਰਵਾ ਰਗੜ ਖਾਣ ਕੇ ਮਤਲਬ ਇਨ ਸ਼ੋਰਟ ਇੱਕ ਤਰ੍ਹਾਂ ਦਾ ਅਗਲੇ ਸਵਾਲ ਤੇ ਦੁਰਾਂ ਤੇ ਲਾਪੇਰ ਕੋਰੇਨਸਾ ਦੀ UNA CURVA IL DIFFERENZIALE CONSENTE DI ਦਾਲਾ ਰੁਵਤਾ ਮੋਟ੍ਰੀਚੇ ਇੰਟਰਨਾ ਆ ਕੁੈਲੋ ਐਸਟਰਨਾ ਆ ਲਾ ਕੁਰਵਾ ਹੁਣ ਧਿਆਨ ਦਿਓ ਐ ਸਵਾਲ ਤੇ ਜਦੋਂ ਆਪਾਂ ਮੋੜ ਤੇ ਸਫਰ ਕਰਨੇ ਪਿਆ ਜਿਹੜਾ ਡਿਫਰੈਂਸ਼ੀਅਲ ਹੁੰਦਾ ਉਹ ਇਜਾਜ਼ਤ ਦਿੰਦਾ ਐ ਆਸਾਨੀ ਕਰਦਾ ਇੱਕ ਤਰ੍ਹਾਂ ਇੱਕ ਤਰ੍ਹਾਂ ਕਹਿ ਸਕਦੇ ਆ ਟ੍ਰਾਂਸਫੇਰੀ ਰੇ ਪਰਤੇ ਦੈਲਾ ਵੈਲੋਸੀਤਾ ਵੀ ਟ੍ਰਾਂਸਫਰ ਕਰਦਾ ਐ ਜਿਹੜੀ ਆਪਣੀ ਸਪੀਡ ਹੁੰਦੀ ਆ ਉਹਨੂੰ ਕੁਛ ਹਿੱਸੇ ਨੂੰ ਟ੍ਰਾਂਸਫਰ ਕਰਦਾ ਐ ਘੁੰਮਣ ਦੀ ਜਿਹੜੀ ਸਪੀਡ ਹੁੰਦੀ ਆ ਦਲਰ ਉਹ ਤਮੋਤਰੀ ਚੇਨ ਤੇਰਨਾ ਜਿਹੜੇ ਜਿਹੜੇ ਟਾਇਰ ਜ਼ੋਰ ਮਾਰਦੇ ਆ ਉਹਨਾਂ ਟਾਇਰਾਂ ਵਿੱਚੋਂ ਮਤਲਬ ਦੋ ਟਾਇਰ ਹੋਏ ਇੱਕ ਸੱਜੇ ਵਾਲਾ ਤੇ ਇੱਕ ਖੱਬੇ ਵਾਲਾ ਠੀਕ ਹੈ ਸੋ ਜੇਕਰ ਆਪਾਂ ਸੱਜੇ ਪਾਸੇ ਮੋੜਨ ਲੱਗੇ ਆ ਆਪਣੀ ਗੱਡੀ ਦਾ ਜਿਹੜਾ ਟਾਇਰ ਹੋਏਗਾ ਜਿਹੜਾ ਟਾਇਰ ਜ਼ੋਰ ਮਾਰਦੇ ਉਹ ਟਾਇਰਾਂ ਵਿੱਚੋਂ ਜਿਹੜਾ ਆਪਣਾ ਸੱਜੇ ਹੱਥ ਵਾਲਾ ਟਾਇਰ ਹੋਏਗਾ ਉਹ ਹੋਏਗਾ ਆਪਣਾ ਇਨਟਰਨਾ ਤੇ ਜਿਹੜਾ ਖੱਬੇ ਪਾਸੇ ਵਾਲਾ ਹੋਏਗਾ ਉਹ ਹੋਏਗਾ ਐਸਟਰਨਾ ਸੋ ਜਿਹੜਾ ਡਿਫਰੈਂਸ਼ੀਅਲ ਹੈ ਹੋਏਗਾ ਉਹਦਾ ਕੰਮ ਮੇਨ ਹੋ ਜਾਂਦਾ ਇੱਥੇ ਸ਼ੁਰੂ ਹੋ ਜਾਂਦਾ ਕਿ ਉਹਨੇ ਇੱਕ ਸਪੀਡ ਨੂੰ ਘੱਟ ਕਰਨਾ ਹੁੰਦਾ ਇੱਕ ਸਾਈਡ ਦੇ ਨੂੰ ਤੇ ਇੱਕ ਟਾਇਰ ਦੀ ਸਪੀਡ ਨੂੰ ਵਧਾਉਣਾ ਹੁੰਦਾ ਤਾਂ ਜੋ ਜਦ ਆਪਣਾ ਮੋੜ ਇਹੋ ਆਸਾਨੀ ਨਾਲ ਮੁੜ ਸਕੇ ਨਹੀਂ ਤੇ ਮੋੜ ਤੇ ਦੋਨੋਂ ਟਾਇਰਾਂ ਦੀ ਸਪੀਡ ਇੱਕੋ ਰਹਿਣਾ ਰਗੜ ਪੈਦਾ ਕਰੇਗਾ ਇੱਕ ਟਾਇਰ ਉੱਤੇ ਰਗੜ ਪੈਦਾ ਹੋ ਜੇਗੀ ਇੱਕ ਤੇ ਨਹੀਂ ਠੀਕ ਹੈ ਸੋ ਇਸ ਤਰੀਕੇ ਨਾਲ ਇੱਕ ਟਾਇਰ ਜ਼ਿਆਦਾ ਖਰਚ ਹੋਏਗਾ ਆਪਣਾ ਘੱਟ ਸੋ ਇਸ ਤਰੀਕੇ ਨਾਲ ਜਿਹੜਾ ਡਿਫਰੈਂਸ਼ੀਅਲ ਹੈ ਉਹ ਜ਼ਿਆਦਾ ਆਸਾਨੀ ਕਰਦਾ ਤਾਂ ਦਿਖਾ ਦੇਣਾ ਡਿਫਰੈਂਸ਼ੀਅਲ ਕਿੱਥੇ ਕੀ ਕੰਮ ਕਰਦਾ ਸੋ ਜੀ ਆ ਦੇਖੋ ਆਪਣੀ ਇੱਥੋਂ ਵਾਲ ਇਹ ਹੋ ਗਏ ਆਪਣਾ ਮੇਨ ਟਾਇਰ ਜਿਹੜੇ ਟਾਇਰ ਜ਼ੋਰ ਮਾਰਦੇ ਨੇ ਪਿੱਛੇ ਵਾਲੇ ਤੇ ਇੱਥੇ ਇਹ ਲੱਗਾ ਹੁੰਦਾ ਹੈ ਆਪਣਾ ਸਾਰਾ ਜਿਹੜਾ ਸਿਸਟਮ ਜਿਹੜਾ ਕਰਦਾ ਆਪਣੇ ਸਪੀਡ ਨੂੰ ਰੈਗੂਲੇਟ ਐ ਜਿਹੜੀ ਗਰਾਰੀਆਂ ਨੇ ਛੋਟੇ ਛੋਟੇ ਜਿਹਾ ਇਹ ਕੀ ਕਰਦੀਆਂ ਨੇ ਇੱਕ ਟਾਇਰ ਤੇ ਸਪੀਡ ਜ਼ਿਆਦਾ ਕਰ ਦਿੰਦੀਆਂ ਨੇ ਇੱਕ ਟਾਇਰ ਤੇ ਸਪੀਡ ਘਟ ਕਰਦੀਆਂ ਤਾਂ ਜੋ ਆਪਣਾ ਮੋੜ ਜਿਹੜਾ ਹੈ ਉਹ ਸਾਡੇ ਨਾਲ ਮੁੜ ਸਕੇ ਠੀਕ ਹੈ ਜੀ ਸੋ ਉਮੀਦ ਕਰਦਾ ਸਾਰਿਆਂ ਨੂੰ ਸਮਝ ਲੱਗ ਗਈ ਹੋਵੇਗੀ ਕੀ ਮਤਲਬ ਹੈ ਮੇਰਾ ਡਿਫਰੈਂਸ਼ੀਅਲ ਇਹ ਤੋਂ ਸੋ ਐਟ ਯਾਨ ਰੱਖਿਓ ਵੀ ਕਿਹੜੇ ਟਾਇਰ ਜੋ ਉਹ એનર્ਜੀ ਨੂੰ ਕੱਢ ਕੇ ਕਿਹੜੇ ਟਾਇਰ ਵਿੱਚ ਦਿੰਦਾ ਮਤਲਬ ਕਿਹੜੇ ਟਾਇਰ ਦੀ ਸ ਠੀਕ ਹੈ ਸੋ ਐਸੇ ਹਿਸਾਬ ਨਾਲ ਜਿਹੜਾ ਆਪਣਾ ਬਾਹਰ ਵਾਲਾ ਟਾਇਰ ਹੋਏਗਾ ਉਹ ਜ਼ਿਆਦਾ ਘੁਮੇਗਾ ਤੇ ਅੰਦਰ ਵਾਲਾ ਟਾਇਰ ਘੱਟ ਘੁਮੇਗਾ ਸੋ ਵੇਰੋ ਅਗਲਾ ਸਵਾਲ ਵੇਖਦੇ ਆ ਲਾ ਫੁੰਕਸਿਓਨੇ ਡਲ ਕਾਂਬਿਓ ਦੀ ਵੇਲੋਚਿਤਾ ਐ ਕੁਐਲਾ ਦੀ ਮੋਡੀਫਿਕਾਰੇ ਲਾ ਪੋਟੇਨਜ਼ਾ ਐਰੋਗਾਬਿਲੇ ਅਲਲੇ ਰੂਤੇ ਪਰ ਵਿੰਜੇਰੇ ਪੀਓ ਫਾਚਿਲਮੈਂਤੇ ਲੇ ਰੇਜ਼ਿਸਟੇਨਜ਼ੇ ਅਲਾ ਅਵਾਂਜ਼ਮੈਂਟੋ ਗੀਅਰ ਦਾ ਕੰਮ ਕੀ ਹੁੰਦਾ ਹੈ ਕਾਂਬਿਓ ਦੀ ਵੇਲੋਚਿਤਾ ਹੁੰਦਾ ਆਪਣੇ ਗੀਅਰ ਕਹਿੰਦਾ ਉਹਨਾਂ ਦਾ ਕੰਮ ਕੀ ਹੁੰਦਾ ਕੋਐਲੋ ਦੀ ਮੋਡੀਫਿਕਾਰੇ ਬੀ ਬਦਲ ਦਵੇ ਪੋਟੈਂਸ ਰੋਗਾਬਿਲੇ ਜਿਹੜੀ ਪਾਵਰ ਪੈਦਾ ਕੀਤੀ ਗਈ ਆ ਆਲੇਰਵੋ ਤੇ ਟੈਰਾਂ ਲਈ ਪਰਵਿੰਚਰੇ ਪਿਊ ਫਾਚਿਲਮੈਂਤੇ ਲੇ ਰੇਜਿਸਟੈਂਜ਼ੇ ਅਲਾਵਾਂਸਮੈਂਟੋ ਮਤਲਬ ਕਿ ਆਸਾਨੀ ਨਾਲ ਜਿੱਤ ਸਕੀਏ ਜਿਹੜੀ ਆਪਣੀ ਗੱਡੀ ਖੜੀ ਆ ਜਾਂ ਜਿਹੜੀ ਆਪਣੀ ਗੱਡੀ ਚੱਲਦੀ ਪਿਆ ਉਹਨੂੰ ਹੋਰ ਤੇਜ਼ ਕੀਤਾ ਜਾ ਸਕੇ ਇਹ ਹੁੰਦਾ ਹੈ ਕੰਮ ਆਪਣੇ ਗੀਅਰ ਬਾਕਸ ਦਾ ਪਾਵਰ ਨੂੰ ਮੋਡੀਫਾਈ ਕਰਦਾ ਪਾਵਰ ਨੂੰ ਬਦਲਦਾ ਪਾਵਰ ਨੂੰ ਥੋੜਾ ਹੋਰ ਪਾਵਰਫੁਲ ਬਣਾਉਂਦਾ ਜਾਂ ਹੋਰ ਪਾਵਰ ਘਟਾ ਲੈਂਦਾ ਠੀਕ ਹੈ ਉਸ ਹਿਸਾਬ ਨਾਲ ਆਪਣੇ ਜਿਹੜੇ ਗੀਅਰ ਬਾਕਸ ਸੇ ਕੰਮ ਕਰਦਾ ਫਿਰੋ ਇਲ ਡਿਫਰੈਂਸ਼ੀਆਲੇ ਐ ਊਨ ਮੈਕਾਨੀਸਮੋ ਕੇ ਕੋਂਸੈਂਤੇ ਦੀ ਐਵੀਟਾਰੇ ਲੋ ਸਟ੍ਰਿਸ਼ੀਆਮੈਂਟੋ ਡੇਲੇ ਰੂਓਤੇ ਦੂਰਾਂਤੇ ਲਾ ਪਰਕੋਰੇਨਜ਼ਾ ਡੀ ਊਨਾ ਕੁਰਵਾ ਓਈ ਗੱਲ ਲਾਗੀ ਡਿਫਰੈਂਸ਼ੀਆਲੇ ਐ ਇੱਕ ਐਸਾ ਮੈਕਾਨੀਜ਼ਮ ਐ ਜਿਹੜਾ ਇਜਾਜ਼ਿੰਦਾ ਤਾਂ ਜੋ ਬਚਿਆ ਜਾ ਸਕੇ ਸਟ੍ਰਿਸ਼ਾ ਮੈਂ ਤਾਂ ਸਟ੍ਰਿਸ਼ੀਆਮੈਂਟੋ ਹੁੰਦਾ ਰਗੜ ਖਾਣਾ ਦੇਲੇ ਰੂਓਤੇ ਟੈਰਾਂਦਾ ਜਦੋਂ ਆਪਾਂ ਮੋੜ ਤੇ ਸਫਰ ਕਰਨੇ ਪਿਆ ਠੀਕ ਹੈ ਜੀ ਬੇਰੋ Nei veicoli pesanti, le variazioni di massa tra veicolo carico e veicolo scarico sono significative e quindi vengono utilizzati cambi con un numero di rapporti superiore ai cambi utilizzati nei veicoli leggeri. Pari quanto riguarda il veicoli pesanti, le variazioni di massa, appena è presente, per quanto riguarda il campo di applicazione, sono significative perché i risultati ਕਿੰਦੀ ਵੰਗਨ ਉਤਿਲਿਜ਼ਾਤੀ ਜੇਸਕਰ ਕੇ ਵਰਤੇ ਜਾਂਦੇ ਨੇ ਕਾਂਬੀ ਕਨਨੂਮੇਰੋ ਦੀ ਰਾਪਪੋਰਟੀ ਸੁਪਰੀਓਰੇ ਮਤਲਬ ਕਿ ਆਪਣੀ ਗੱਡੀ ਵਿੱਚ ਜ਼ਿਆਦਾ ਗੇਅਰ ਹੋ ਸਕਦੇ ਨੇ ਭਾਰੀ ਗੱਡੀ ਵਿੱਚ ਜ਼ਿਆਦਾ ਗੇਅਰ ਹੋ ਸਕਦੇ ਨੇ ਹਲਕੀ ਗੱਡੀ ਦੇ ਮੁਤਾਬਿਕ ਹਲਕੀ ਗੱਡੀ ਵਿੱਚ ਘੱਟ ਗੇਅਰ ਹੋਣਗੇ ਤੇ ਭਾਰੀ ਗੱਡੀ ਵਿੱਚ ਜ਼ਿਆਦਾ ਗੇਅਰ ਹੋਣਗੇ ਓਬਵੀਅਸਲੀ ਜ਼ਿਆਦਾ ਗਿਆਂ ਲੋਡ ਪੇਗੀ ਗੱਡੀ ਨੂੰ ਸੋ ਐਵੇਰਵਾ ਨੇ ਕਾਂਬੀ ਮੋਂਟਾਤੀ sui veicoli pesanti lo splitter è una levetta posizionata sotto il polemo del cambio che consente di scegliere tra un gruppo di marce ਵੈਲੋਚੀ ਇਹ ਉਨੋ ਦੀ ਲੈਂਤੇ ਜਿਹੜੇ ਗੇਅਰ ਲੱਗੇ ਹੁੰਦੇ ਨੇ ਭਾਰੀ ਗੱਡੀਆਂ ਵਿੱਚ ਧਿਆਨ ਦਿਓ ਕਿਹੜੀ ਗੱਡੀ ਦੀ ਗੱਲ ਹੁੰਦੀ ਹੈ ਵਹੀਕਲੀ ਪੇਜ਼ਾਂਤੀ ਲੋ ਸਪਲਿੱਟਰ ਸਪਲਿੱਟਰ ਇੱਕ ਤਰ੍ਹਾਂ ਦਾ ਡਿਵਾਈਸ ਹੁੰਦਾ ਇੱਕ ਛੋਟਾ ਜਿਹਾ ਲਿਵੈਟਾ ਲੱਗਾ ਹੁੰਦਾ ਇੱਕ ਡੰਡਾ ਲੱਗਾ ਹੁੰਦਾ ਉਹਨਾਂ ਲਿਵੈਟਾ ਇੱਕ ਛੋਟਾ ਜਿਹਾ ਹੁੰਦਾ ਸਵਿਚ ਕਹਿ ਲੋ ਬਟਨ ਕਹਿ ਲੋ ਜਿਹੜਾ ਕਿ ਲੱਗਾ ਹੁੰਦਾ ਆਪਣੇ ਗੇਅਰ ਤੇ ਗੇਅਰ ਵਾਲੇ ਡੰਡੇ ਉੱਤੇ ਲੱਗਾ ਹੁੰਦਾ ਜਿਹੜਾ ਇਜਾਜ਼ਤ ਦਿੰਦਾ ਤਾਂ ਜੋ ਆਪਾਂ ਸਿਲੈਕਟ ਕਰ ਸਕੀਏ ਇੱਕ ਗਰੁੱਪ ਨੂੰ ਆਪਣੇ ਗੇਅਰਾਂ ਦੇ ਗਰੁੱਪ ਨੂੰ ਆਪਾਂ ਸਿਲੈਕਟ ਕਰ ਸਕੀਏ ਵੀ ਆਪਾਂ ਤੇਜ਼ ਜਾਣਾ ਹੈ ਜਾਂ ਹੌਲੀ ਜਾਣਾ ਹੈ ਜੇਕਰ ਆਪਾਂ ਜਿਆਦਾ ਪਾਵਰ ਵਾਲੇ ਗੀਅਰ ਚਾਹੀਦੇ ਨੇ ਵੈਲੋਸੀ ਗੀਅਰ ਚਾਹੀਦੇ ਨੇ ਤਾਂ ਉਹਨਾਂ ਦੀ ਚੱਕਲੀ ਵੇਤਾਂ ਲੱਗਾ ਹੁੰਦਾ ਨੂੰ ਚੱਕਦੇ ਨੇ ਤੇ ਗੱਡੀ ਦੇ ਜਿਹੜੇ ਗੀਅਰ ਨੇ ਉਹ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਤੇਜ਼ ਕਲਿੱਕ ਕਰ ਦਿੰਦੇ ਨੇ ਗੱਡੀ ਨੂੰ ਚੇਕਰ ਹੌਲੀ ਵਾਲੇ ਚਾਹੀਦੇ ਨੇ ਤਾਂ ਉਹਲੀ ਵੇਤਾਂ ਨੂੰ ਥੱਲੇ ਕਰ ਦੋ ਮਤਲਬ ਉਸੇ ਹਿਸਾਬ ਨਾਲ ਹੀ ਉਹਨੂੰ ਅਡਜਸਟ ਕਰਨਾ ਪੈਂਦਾ ਇੱਕ ਛੋਟਾ ਜਿਹਾ ਆਕਾਈ ਇਹ ਵੀ ਡੰਡਾ ਜਿਹਾ ਲੱਗਾ ਹੁੰਦਾ ਜਿਸ ਨਾਲ ਸੈਟ ਕੀਤਾ ਜਾ ਸਕਦਾ ਆਪਣੇ ਗੀਰਾਂ ਨੂੰ ਸੋਵੇਰੋ Il differenziale è un meccanismo che consente di far girare le ruote esterne e quelle interne alla stessa velocità durante la percorrenza di una curva ਫਾਲਸੋ ਇਹਦਾ ਕਿਉਂਕਿ ਕਹਿੰਦੇ ਡਿਫਰੈਂਸ਼ੀਅਲ ਇੱਕ ਐਸਾ ਮੈਕੈਨਿਜ਼ਮ ਹੈ ਕਿ ਐਸਾ ਹੈ ਸਿਸਟਮ ਹੈ ਜਿਹੜਾ ਇਜ਼ਾਜ਼ ਦਿੰਦਾ ਘੁੰਮਣ ਦਾ ਟਾਇਰਾਂ ਨੂੰ ਜਿਹੜੇ ਆਪਣੇ ਅੰਦਰਲੇ ਟਾਇਰ ਨੇ ਜਾਂ ਬਾਹਰਲੇ ਟਾਇਰ ਨੇ ਉਹਨਾਂ ਨੂੰ ਸੇਮ ਸਪੀਡ ਉਤੇ ਘੁੰਮਣ ਦੀ ਇਜਾਜ਼ਤ ਦਿੰਦਾ ਡਿਫਰੈਂਸ਼ੀਅਲ ਐ ਸੋ ਫਾਲਸੋ ਸੇਮ ਸਪੀਡ ਤੇ ਨਹੀਂ ਸਪੀਡ ਨੂੰ ਘਟਾਵਦਾ ਕੇ ਚੱਲਣ ਦੀ ਇਜਾਜ਼ਤ ਦਿੰਦਾ ਠੀਕ ਹੈ ਜੀ ਜਦੋਂ ਆਪਾਂ ਮੋੜ ਤੇ ਚੱਲਣਾ ਹੈ ਤਾਂ ਧਿਆਨ ਰੱਖਿਓ ਮੋੜ ਦੀ ਗੱਲ ਹੁੰਦੀ ਹੈ ਉਦੋਂ ਸੋ ਫਾਲਸੋ ਇਲ ਡਿਫਰੈਂਸ਼ੀਅਲ ਕੋਨਸੈਂਤੇ ਦੀ ਮੈਂਟੇਨਰੇ UNA ਤ੍ਰਾਜ਼ੀਓਨੇ ਓੱਤਿਮਾਲੇ ਡ ਡਿਫਰੈਂਸ਼ੀਅਲ ਇਜ਼ਾਦਨ ਦਰ ਰੱਖਣ ਦੀ ਮੰਨਤੇ ਨੇਰੇ ਉਹਨਾਂ ਤਰਾਕਸ਼ਨੇ ਆ ਓਪਟੀਮਲ ਬੈਕ ਸਾਈਡ ਤਰਾਕਸ਼ਨੇ ਬਣਾ ਕੇ ਰੱਖੇ ਦਿਲਵੇਈ ਕੋ ਲੋ ਗੱਡੀ ਦਾ ਆਨਕੇ ਸੁਤ੍ਰੇਨੀ ਕੋਨ ਸਕਾਰੀਕਾ ਅਦਰੈਂਸ ਜੇੜੀ ਸੜਕ ਤੇ ਪਕੜ ਘਟ ਵੀ ਹੋਵੇ ਉੱਥੇ ਵੀ ਕਹਿੰਦਾ ਜੇਰਾ ਆਪਣਾ ਤਰਾਕਸੀਓਨੇ ਆ ਉਹਦਾ ਕੰਮ ਹੈ ਹੁੰਦਾ ਵੀ ਉਹ ਸਹੀ ਤਰੀਕੇ ਨਾਲ ਬਣਾ ਕੇ ਰੱਖੇ ਤਰਾਕਸੀਓਨੇ ਨੂੰ ਠੀਕ ਹੈ ਜੀ ਡਿਫਰੈਂਸ਼ੀਅਲੇ ਦਾ ਕੰਮ ਹੁੰਦਾ ਸੋ ਫਾਲਸੋ ਡਿਫਰੈਂਸ਼ੀਅਲ ਦਾ ਕੰਮ ਹੁੰਦਾ ਕਿ ਉਹ ਮੋੜ ਤੇ ਕੱਢ ਨੂੰ ਹੈਲਪ ਕਰ ਸਕੇ ਨਾ ਕਿ ਸਕਾਰ ਸਾਧ ਰੇਨ ਸਾਧ ਠੀਕ ਹੈ ਜੀ ਸੋ ਫਾਲਸੋ ਹੁੰਦਾ ਕਿ ਕਹਿੰਦਾ ਦੌਰਾਨ ਤੇ ਲਾ ਪਰ ਕੋਰੇਨਸਾ ਦੀ UNA CURVA il differenziale consente di trasferire parte della velocità di rotazione dalla ruota motrice esterna a quella interna alla curva ਹੋਗਾ ਫਾਲਸੋ ਕਹਿੰਦਾ ਮੋੜ ਤੇ ਚੱਲਦੇ ਟਾਈਮ ਡਿਫਰੈਂਸ਼ੀਅਲ ਇਹ ਜ਼ਾਸ ਹੁੰਦਾ ਵੀ ਟ੍ਰਾਂਸਫਰ ਕਰ ਸਕੇ ਵੈਲੋਚਿਤਾ ਨੂੰ ਜਿਹੜੀ ਟਾਇਰਾਂ ਤੇ ਹੁੰਦੀ ਆ ਬਾਹਰ ਵਾਲੇ ਟਾਇਰ ਤੋਂ ਕਹਿੰਦਾ ਅੰਦਰ ਵਾਲੇ ਟਾਇਰ ਤੇ ਪਾਵਰ ਨੂੰ ਟ੍ਰਾਂਸਫਰ ਕਰਦਾ ਨਹੀਂ e poi okay? so, okay. il power loss verso la terra interna e verso la terra esterna quindi è il sincronizzatore è un dispositivo che fa parte del cambio di velocità e che consente di far girare l'albero motore e quello di trasmissione alla stessa velocità il sincronizzatore è un dispositivo che è parte del cambio di velocità e che dà l'esercizio ਘੁੰਮਣ ਦੀ ਆਲਬ੍ਰੋ ਮੋਟਰੇ ਨੂੰ ਤੇ ਆਲਬ੍ਰੋ ਟਰਾਂਸਮਿਸ਼ਨੇ ਨੂੰ ਸੇਮ ਸਪੀਡ ਉੱਤੇ ਸੋ ਫਾਲਸੋ ਇੱਕ ਦੂਸਰੇ ਨਾਲ ਕਨੈਕਟ ਕਰਨ ਨੂੰ ਆਕੋਪੀਆਮੈਂਟੋ ਕਰਨ ਨੂੰ ਹਣਾ ਇਜਾਜ਼ਤ ਦਿੰਦਾ ਸਹੀ ਤਰੀਕੇ ਨਾਲ ਕਰਦਾ ਉਹਨਾਂ ਦੀ ਆਕੋਪੀਆਮੈਂਟੋ ਨਾ ਕੀ ਸੇਮ ਸਪੀਡ ਤੇ ਲੈ ਕੇ ਜਾਣ ਦੀ ਗੱਲ ਕਰਦਾ ਠੀਕ ਹੈ ਜੀ ਸੋ ਫਾਲਸੋ ਸੇਲ ਕਾਂਬੀਓ ਦੀ ਵੈਲੋਚਿਤਾ ਐ ਦੋਟਾਟੋ ਦੀ ਸਿੰਕ੍ਰੋਨਿਜ਼ਾਟੋਰੇ ਐ ਡੇਲੇ ਮਾਰਜੀ ਦਿਵੈਂਟਾ ਇਨੂਟਿਲੇ ਲਾ ਪ੍ਰੇਜ਼ੈਂਸਾ ਡੇਲਾ ਫ੍ਰੇਜ਼ਿਓਨੇ ਜੇਕਰ ਕਹਿੰਦਾ ਕਾਂਬੀਓ ਦੀ ਵੈਲੋਚਿਤਾ ਵਿੱਚ ਸਿੰਕ੍ਰੋਨਿਜ਼ਾਟੋਰੇ ਲੱਗਾ ਹੋਵੇ ਤੇ ਕਹਿੰਦਾ ਜਦੋਂ ਆਪਣਾ ਕਲੱਚੇ ਉਬੇਫਸੂਲ ਹੋ ਜਾਂਦਾ ਕੱਚ ਦੀ ਲੋੜ ਹੀ ਨਹੀਂ ਪੈਂਦੀ ਸੋ ਫਾਲਸੋ ਕਲੱਚ ਦੀ ਲੋੜ ਤਾਂ ਵੀ ਪੈਂਦੀ ਆ ਸੋ ਫਾਲਸੋ ਐਸਾ ਕੁਝ ਨਹੀਂ ਹੁੰਦਾ 249 ਕੰਪਲੀਟ ਸੋ ਜੀ 250 ਨੰਬਰ ਪੇਜ ਤੇ ਆ ਗਏ ਆ ਤੇ ਇਸ ਤੋਂ ਬਾਅਦ ਆਪਣਾ 150 ਕੁ ਪੇਜ ਹੋਰ ਰਹਿ ਗਿਆ 150 ਤੋਂ ਵੀ ਘੱਟ ਤੇ ਉਮੀਦ ਕਰਾਂਗੇ ਜਲਦੀ ਜਲਦੀ ਸਭ ਨਿਬੜ ਜਾਏਗਾ ਬੋਲਾਨੋ ਦੀ ਗੱਲ ਕਰਦੇ ਆ ਬੋਲਾਨੋ ਕੀ ਚੀਜ਼ ਹੁੰਦਾ ਸੋ ਐ ਆਪਣੀ ਮੋਟਰ ਆ ਇਸ ਤਰੀਕੇ ਨਾਲ ਆਪਣੀ ਕੰਮ ਕਰਦੀ ਇੱਥੇ ਲੱਗੀ ਹੁੰਦੀ ਹੈ ਇਹ ਬੋਲਾਨੋ ਇੱਕ ਡਿਸਕ ਹੁੰਦੀ ਆ ਜਿਹੜੀ ਕਿ ਕੁਝ ਇਸ ਤਰੀਕੇ ਦੀ ਹੋਏਗੀ ਇਸ ਤਰੀਕੇ ਦੀ ਸੋ ਜੀ ਇਹ ਡਿਸਕ ਹੁੰਦੀ ਹੈ ਇਹ ਭਾਰੀ ਹੁੰਦੀ ਹੈ ਕਿੰਨੀ ਭਾਰੀ ਹੁੰਦੀ ਹੈ ਗੱਡੀ ਤੇ ਡਿਪੈਂਡ ਕਰਦਾ ਜੇ ਸਪੋਰਟਿਵ ਹੋਏਗੀ ਉਨੀ ਹਲਕੀ ਹੋਏਗੀ ਜੇਕਰ ਗੱਡੀ ਨੇ ਜ਼ੋਰ ਵਾਲਾ ਕੰਮ ਕਰਨਾ ਫਿਰ ਉਨੀ ਭਾਰੀ ਹੋ ਜਾਏਗੀ ਡਿਸਕ ਸੋ ਇਹ ਡਿਸਕ ਗੱਡੀ ਨੂੰ ਸਟਾਰਟ ਕਰਨ ਵਿੱਚ ਤੇ ਹੋਰ ਵੀ ਕਾਫੀ ਕੰਮ ਹੁੰਦੇ ਨੇ ਤੇ ਗੱਡੀ ਦੇ ਉਹਨਾਂ ਵਿੱਚ ਆਸਾਨੀ ਕਰਦੀ ਆ ਸੋ ਦੇਖ ਲੈਨੇ ਪਹਿਲੇ ਸਵਾਲ ਨੂੰ ਕੀ ਕਹਿੰਦਾ ਇਲ ਬੋਲਾਨੋ ਹੈ ਉਨ ਪੇਜ਼ਾਂਤੇ ਡਿਸਕੋ ਕੋਲੇਗਾਤੋ ਅਲ ਅਲਬਰੋ ਮੋਟੋਰੇ ਕਿ ਸਰਵੇ ਕੋਮੇ ਬਾਜ਼ੇ di appoggio per il disco della frizione non che per avviare e per regolizzare la rotazione dell'albero motore ਵੋਲਾਨੋ ਇੱਕ ਭਾਰੀ ਡਿਸਕ ਹੁੰਦੀ ਆ ਜਿਹੜੀ ਕਿ ਲੱਗੀ ਹੁੰਦੀ ਆ ਆਲਬ੍ਰੋਮੋ ਟੋਰੇ ਨਾਲ ਜੁੜੀ ਹੁੰਦੀ ਆ ਉਹਦੇ ਨਾਲ ਕਿ ਸਰਵੇ ਜਿਹੜੀ ਚਾਹੀਦੀ ਹੁੰਦੀ ਆ ਕੁਮੇਬਾਜ਼ੇ ਦੀ ਆ ਪੋਜੋ ਪਰ ਇਲ ਡਿਸਕੋ ਡੇਲਾ ਫ੍ਰੇਜ਼ਿਓਨੇ ਕਲੈਚ ਵਾਲੀ ਡਿਸਕ ਹੁੰਦੀ ਆ ਉਹਦੇ ਤੇ ਅਪੋਜਾਰੇ ਕਰਮਾਦੇ ਉਹਦੇ ਉੱਤੇ ਰੱਖਣ ਲਈ ਚਾਹੀਦੀ ਹੁੰਦੀ ਆ ਨੋਨ ਕੇ ਪਰ ਅਵਿਆਰੇ ਤੇ ਨਾਲ ਨਾਲ ਕਹਿੰਦਾ ਇਹਦੇ ਨਾਲ ਨਾਲ ਸ਼ੁਰੂ ਕਰਨ ਲਈ ਗੱਡੀ ਨੂੰ ਸਟਾਰਟ ਕਰਨ ਲਈ ਵੀ ਚਾਹੀਦੀ ਹੁੰਦੀ ਹੈ ਤੇ ਰੈਗੂਲੇਟ ਕਰਨ ਲਈ ਵੀ ਚਾਹੀਦੀ ਹੁੰਦੀ ਹੈ ਆਲਬ੍ਰੋਮੋ ਟੋਰੇ ਦੇ ਗੇੜਿਆਂ ਨੂੰ ਠੀਕ ਹੈ ਉਹਦਾ ਘੁੰਮਣ ਨੂੰ ਰੈਗੂਲੇਟ ਕਰਨ ਲਈ ਵੀ ਬੀਰੋ ਇਲ ਵੋਲਾਨੋ ਸਰਵੇ ad aumentare la velocità della rotazione del motore quando il veicolo deve effettuare grossi sforzi tenali ne example likhta hai salita rapida bolano chahida hunda vadhali gaddi di speed nu jadon gaddi ne lagana hove zyada zor vadda zor lagana hove fir kenda e load pendi a so falso aisa kuch nahi hega example ch ne likhta hai bijje kar gaddi ne chadai chadhni hove theek hai ji so salita rapida vich edi koi load nahi hundi ji de vadre disk chahidi hundi a oh sara itthe likhya hoya hai ਠੀਕ ਹੈ ਸੋਸ ਕਰਕੇ ਸਵਾਲ ਫਾਲਸੋ ਮੱਦੇ ਅਗਲੇ ਸਵਾਲ ਤੇ ਸੋ ਜੀ 251 ਨੰਬਰ ਪੇਜ ਫ੍ਰਿੱਟਸਿਓ ਨੇ ਭਾਗ ਪਹਿਲਾ ਤੇ ਇਹ ਜਿਹੜੀ ਫੋਟੋ ਹੋਈ ਗਈ ਹੈ ਜਿਹੜੀ ਡਿਟੇਲ ਹੋਈ ਗਈ ਆਪਾਂ ਅੱਗੇ ਜਾ ਕੇ ਵੇਖਾਂਗੇ ਮਤਲਬ ਅਗਲੇ ਐਪੀਸੋਡ ਵਿੱਚ लास्ट ਪੇਜ ਜਿਹੜਾ ਆਪਣਾ ਇਸ ਵੀਡੀਓ ਦਾ ਤੇ ਕੋਈ ਫੋਟੋ ਦੀ ਲੋੜ ਕੋ ਨਹੀਂ ਇਸ ਕਰਕੇ ਸਿੰਪਲੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਚਾਰਕ ਸਵਾਲ ਨੇ फटाफट ਨਿਬੇੜ ਲੈਣੇ ਆ ਪਹਿਲਾ ਸਵਾਲ ਲਾ ਫ੍ਰਿੱਟਸਿਓ ਕੋਂਸੈਂਤੇ ਲਿੰਨੇਸਟੋ ਓ ਇਲ ਡਿਸਿੰਨੇਸਟੋ ਦਲ ਮੋਟੋਰੇ ਕੋਂਲੀ ਆਲਤਰੀ ਓਰਗਾਨੀ ਦੀ ਟ੍ਰਾਂਸਮਿਸ਼ਨੇ ਕਲੱਚ ਇਜਾਜ਼ਤ ਦਿੰਦਾ ਐ ਅੰਗੇਜ ਕਰਨ ਦੀ ਜਾਂ ਡਿਸ ਅੰਗੇਜ ਕਰਨ ਦੀ ਮਤਲਬ ਕਿ ਮੋਟਰ ਨੂੰ ਫ੍ਰੀ ਕਰ ਦੇਣਾ ਜਿੱਦਾਂ ਕਿ ਜਿਵੇਂ ਆਪਾਂ ਕਲੱਚ ਦਬਾਂਗੇ ਕੀ ਹੋਏਗਾ ਆਪਣੀ ਗੱਡੀ ਫ੍ਰੀ ਹੋ ਜਾਂਦੀ ਹੈ ਜਿਸ ਦਾ ਮਤਲਬ ਹੁੰਦਾ ਕਿ ਜਿਹੜੀ ਆਪਣੀ ਡਿਸਕ ਸੀ ਆਪਣੀ ਫ੍ਰੇਸਿਓਨ ਸੀ ਜਿਹੜਾ ਆਪਣਾ ਕਲੱਚ ਸੀ ਉਹਨੇ ਇਜਾਜ਼ਤ ਦਿੱਤੀ ਆ ਆਲ ਬੈਰੋ ਮੋਟਰੇ ਦਾ ਜਿਹੜਾ ਆਲ ਬੈਰੋ ਟਰਾਂਸਮਿਸ਼ਨ ਨਾਲ ਜਿਹੜਾ ਲਿੰਕ ਸੀ ਉਹ ਡਿਸਕਨੈਕਟ ਹੋ ਜਾਏਗਾ ਜੇਕਰ ਆਪਾਂ ਕਲੱਚ ਦਬਾਂਗੇ ਠੀਕ ਹੈ ਜੀ ਉਹੀ ਗੱਲ ਇੱਥੇ ਦੱਸਦਾ ਪਿਆ ਵੀ ਨੈਸਟੋ ਜਾਂ ਡਿਸ ਇਨੈਸਟੋ ਹੋਏਗਾ ਜਿਹੜੀ ਹੋਰ ਆਰਗਾਨੀ ਟਰਾਂਸਮਿਸ਼ਨ ਨੇ ਆ ਉਹਨਾਂ ਨਾਲ ਬੈਰੋ ਕਦੋਂ ਇਲ ਪੈਡਲੇ ਡੇਲਾ ਫ੍ਰਿਕਸਿਓਨੇ ਐ ਸੋਲੇਵਾਟੋ ਲਾ ਫ੍ਰਿਕਸਿਓਨੇ ਐ ਇਨੈਸਟਾਤਾ ਜਦੋਂ ਪੈਡਲ ਜਿਹੜਾ ਹੁੰਦਾ ਆਪਣਾ ਪੈਡਲ ਏ ਕਲੱਚ ਵਾਲਾ ਉਹ ਉੱਠਿਆ ਹੋਇਆ ਹੈ ਦੱਬਿਆ ਨਹੀਂ ਹੋਇਆ ਉੱਠਿਆ ਹੋਇਆ ਸੋਲੇਵਾਟੋ ਜਿਹੜਾ ਕਲੱਚ ਏ ਉਹ ਕਨੈਕਟਿਡ ਹੋਇਆ ਐ ਅੰਗੇਜ ਹੋਇਆ ਠੀਕ ਹੈ ਜੀ ਸੋ ਵੇਰੋ ਅਗਲਾ ਸਵਾਲ ਸੇਮ ਹੀ ਐ ਬਸ ਇੱਥੇ ਕੀ ਲਿਖਤਾ ਹੈ ਬੀ ਫ੍ਰਿਕਸਿਓਨੇ ਜਦੋਂ ਸੋਲੇਵਾਟੋ ਹੋਵੇ ਉਦੋਂ ਫ੍ਰਿਕਸਿਓਨੇ ਕੀ ਹੁੰਦਾ ਥਿਸ ਇਨੈਸਟਾਤਾ ਬੀ ਡਿਸਕਨੈਕਟ ਹੋ ਗਿਆ ਇੱਕ ਤਰੀਕੇ ਦਾ ਬੀ ਲੱਗਾ ਨਹੀਂ ਹੋਇਆ ਕਲੱਚ ਜਿਹੜਾ ਏ ਉਹ ਲੱਗਾ ਨਹੀਂ ਹੋਇਆ ਸੋ ਤਾਂ ਦਿਸਿਨਿਸਤਾਤਾ ਹੋਏਗਾ ਜੇ ਕਰਪੇਦਾਲੇ ਸੋਲੇ ਵਾਤੋਆ ਫਿਰ ਉਹ ਇਨਿਸਤਾਤਾ ਹੋਏਗਾ ਫਾਲਸ ਹੋਇਆ ਬੜਾ ਲਾ ਫ੍ਰਿਸਿਓਨੇ ਐਪੋਸਟਾ ਤਰਾ ਇਲ ਕੰਬਿਓ ਏ ਇਲ ਆਲਬਰੋ ਦੀ ਟ੍ਰਾਂਸਮਿਸਿਓਨੇ ਫ੍ਰਿਸਿਓਨੇ ਕਿੱਥੇ ਕਰਕੇ ਲੱਗਾ ਹੁੰਦਾ ਕਹਿੰਦਾ ਜਿਹੜੇ ਆਪਣੇ ਗੇਅਰ ਹੋਣਗੇ ਤੇ ਜਿਹੜੇ ਆਪਣੇ ਆਲਬਰੋ ਦੀ ਟ੍ਰਾਂਸਮਿਸਿਓਨੇ ਹੋਏਗਾ ਉਹਨਾਂ ਦੇ ਵਿਚਕਾਰ ਲੱਗਾ ਹੋਏਗਾ ਸੋ ਫਾਲਸ ਉਹਨਾਂ ਵਿੱਚ ਨਹੀਂ ਲੱਗਾ ਹੁੰਦਾ ਐ ਲੱਗਾ ਹੁੰਦਾ ਹੈ ਆਪਣੀ ਵੋਲਾਨੋ ਦੇ ਕੋਲ ਠੀਕ ਹੈ ਜੀ ਸੋ ਇਹਦੇ ਬਾਰੇ ਆਪਾਂ ਅੱਗੇ ਡਿਟੇਲ ਜਾ ਕੇ ਪੜਾਂਗੇ ਤੇ ਤੁਹਾਨੂੰ ਦੱਸਦਾ ਕਿ ਫ੍ਰਿਸਿਓਨੇ ਫ੍ਰਿਕਸ਼ਨੇ ਪੈਡਲੇ ਦੀ ਫ੍ਰਿਕਸ਼ਨੇ ਹੁੰਦਾ ਆਪਣਾ ਕਲੱਚ ਤੇ ਜਿਆ ਫ੍ਰਿਕਸ਼ਨੇ ਹੁੰਦਾ ਇੱਕ ਪੁਰਜਾ ਹੁੰਦਾ ਜਿਹੜਾ ਲੱਗਾ ਹੁੰਦਾ ਨੀਚੇ ਆਪਣੇ ਵੋਲਾਨੋ ਦੇ ਕੋਲ ਠੀਕ ਹੈ ਜੀ ਸੋਦੇ ਬਾਰੇ ਆਪਾਂ ਅੱਗੇ ਜਾ ਕੇ ਪੜਾਂਗੇ ਡਿਟੇਲ ਵਿੱਚ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਨੂੰ ਕਰਦੇ ਆ ਇੱਥੇ ਖਤਮ ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ ਤੇ ਜਾਣ ਤੋਂ ਪਹਿਲਾਂ ਪਿਛਲੀ ਵੀਡੀਓ ਪੁੱਛਿਆ ਗਿਆ ਸਵਾਲ ਤੇ ਨਵਾਂ ਸਵਾਲ ਸੋ ਜੀ ਐਸੀ ਮੇਰਾ ਪਿਛਲੀ ਵੀਡੀਓ ਪੁੱਛਿਆ ਗਿਆ ਸਵਾਲ ਇੱਕ ਮੋਟਰ ਡੀਜ਼ਲ ਵਿੱਚ ਇੰਨੇ ਅਕਸਿਓ ਨੇ ਦਿਰੇਤਾ ਹੁੰਦਾ ਹੈ ਤੇ ਗੈਸੋਲੀਨ ਵੀ ਨਹੀਂ ਨਿਤਾ ਤੋ ਤੇ ਗੈਸੋਲੀਨ ਹੁੰਦਾ ਉਹਨੂੰ ਇੰਜੈਕਟ ਕੀਤਾ ਜਾਂਦਾ ਹੈ ਡਾਇਰੈਕਟਲੀ ਕੈਮਰਾ ਦੇ ਕੰਬਸਟਿਓਨੇ ਵਿੱਚ ਠੀਕ ਹੈ ਜੀ ਸੋ ਐਸੀ ਸਵਾਲ ਦਾ ਜਵਾਬ ਜਿਹੜਾ ਸੀ 베ਰੋ ਵੀ ਜਿਹੜਾ ਡੀਜ਼ਲ ਹੁੰਦਾ ਉਹਨੂੰ ਸਪਰੇਅ ਕੀਤਾ ਜਾਂਦਾ ਹੈ ਕੈਮਰਾ ਦੀ ਕੰਬਸਟਿਓਨੇ ਦੇ ਅੰਦਰ ਡਾਇਰੈਕਟਲੀ ਉੱਥੇ ਸਪਰੇਅ ਕੀਤਾ ਜਾਂਦਾ ਠੀਕ ਹੈ ਜੀ ਸੋ ਐਸੀ 베ਰੋ ਤੇ ਹੁਣ ਗੱਲ ਕਰਦੇ ਆ ਆਪਣੇ ਅੱਜ ਦੇ ਵੀਡੀਓ ਦੇ ਸਵਾਲ ਦੀ ਸੋ ਜੇ ਐ ਮੇਰਾ ਅੱਜ ਦਾ ਸਵਾਲ ਇਲਮੋ ਤੋਰੇ ਡੀਜ਼ਲ ਸੀ ਦੀਫੇਰੈਂਸਾ ਤਰਾ ਮੋਟੋਰੇ ਆ ਬੈਂਜ਼ੀਨਾ ਪੋਇਕੇ ਆ ਹੂੰ ਰੈਂਡਿਮੈਂਟੋ ਨੋਟੇਵਲਮੈਂਤੇ ਪੇਜ ਕਮੈਂਟਾਂ 'ਚ ਵੀਰ ਦਾ ਵੀ ਤੇ ਫਲਸੋਫੀ ਆ ਤੇ ਫਸ ਜਨ ਨੂੰ ਸਬਸਕ੍ਰਾਈਬ ਜਿੰਨੇ ਅੱਜ ਤੱਕ ਨਹੀਂ ਕੀਤਾ ਜਰੂਰ ਕਰ ਦੇਣ ਜਿਹਨਾਂ ਨੇ ਵੀਡੀਓ ਲਾਈਕ ਵੀ ਨਹੀਂ ਕੀਤਾ ਅਜੇ ਤੱਕ ਜਰੂਰ ਕਰ ਦੇਣ ਸੋ ਚੰਗਾ ਜੀ ਮਿਲਾਂਗੇ ਆਪ ਸੱਜਣ ਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ